السلام علیکم یا میرے مالک کا کول دا بھلا تے کول دی خیر کسے نیک بندے دے متھے لائیں تے برے بندے تو بچائیں سونے گھر دے وچ ملازم پیسے ڈھیلے دی تنگی ہے ہی کوئی نہیں جدوں ہے جو کول کوئی نہیں تے تنگی کادی ہونی چلو سانو کی اسی کرنی ہے مزدوری ایتھے یقین کرو بڑے بڑے کام کیتے نے راس ہی کوئی نہیں ہے میں ایک سیانے بندے نوں مہنگا کوئی چنگا جا کام دس مینوں کہندا مڈی دا دل ویچیا کرو میں نویں کھوتی ڈیڑھی لی تے ڈرم رکھیا ہے یہ پہلے ہی چکر کڈے ایک بندہ کہندا اصلی ہے میں کہ چیک کرو انہیں لیڈر مالیا نہ کھوتی لبھی نہ ڈرم پھر واپس ایتھے اور یقین کرو گھر جا کے نہیں دسی دا وی کی کام کریدا ماں میری کہندی پت کی کام کرنا میں کہ میں ریفریشمنٹ افسر لگا اگو وی ان پڑھ کہندی جا اللہ برکت پاوے ان کی بنا ویتے ہے ہنڈے چلو مالک جانے تے انہاں دا کام جانے اہی تے کرنی ہے مزدوری السلام علیکم बंदा तंग नहीं हुंदा इहदे नाल सफाई होई होवे अगला कहंदा वी घर अच्छा हैगा बेहतरीन हैगा बाहर कुड़ियां लगियां सारियां उन्होंने बंदे मंगाई है जिन्होंने शुगर है किसी शुगर टिशू ਔਰ ਖੈਰ ਸਭ ਕੀ ਖਾਣ ਨੇ ਆਪਣੀ ਭੈਣ ਦੇ ਦੋ ਵਿਆਹ ਕਰ ਦਿੱਤੇ ਅੱਛਾ ਮੈਂ ਕਿਹਾ ਮੈਂ ਭੈਣ ਦੇ ਦੋ ਵਿਆਹ ਕਿਉਂ ਕੀਤੇ ਨਹੀਂ ਕਹਿੰਦਾ ਅਗਲਾ ਮਹੀਨਾ ਜੰਗ ਲੱਗਣ ਵਾਲੀ ਇਸ ਲਈ ਇੱਕ ਤਾਂ ਘਰ ਲਵੇ ਬਾਈ ਸਹੀ ਜ਼ਰੂਰੀ ਹੈ ਨਾ ਇਹ ਘਰ ਰਹਿਣਾ ਚਾਹੀਦਾ ਮੈਂ ਇੱਕ ਭੈਣ ਦੇ ਘਰ ਚਾਰ ਬੱਚੇ ਹੋਏ ਮੈਂ ਕਿਹਾ ਹਾਏ ਚਾਰ ਬੱਚੇ ਕਹਿੰਦਾ ਫੋਰ ਜੀ ਮੈਂ ਕਹਿੰਦਾ ਅੱਛਾ ਇਹੋ ਜੀ ਔਰ ਨੂੰ ਮਨਾਮ ਨੂੰ ਕਿ ਵੱਡੇ ਹੋਟਲ 'ਚ ਵੀ ਲਾਇਓ ਤੇ ਐਨ ਟਾਈਮ ਤੇ ਮੁੱਕਰ ਜਾਂਦੀ ਭਾਈ ਸਾਹਿਬ ਇਹ ਗੰਦੇ ਕੰਮ ਤਾਂ ਮੈਂ ਨਹੀਂ ਕਰਦੀ ਲੈ ਸਾਲੀਆ ਤੈਨੂੰ 1300 ਰੁਪਈਆ ਰਧਾਈਆਂ ਭਰਨ ਦਾ ਦਿੱਤਾ ਕਾਹਦਾ ਦਿੱਤਾ ਮੇਰੀ ਗਰੰਟੀ ਉਹ ਹਾਜੀ ਸਾਹਿਬ ਹੀ ਦੇਣਗੇ ਮੈਂ ਨਹੀਂ ਕਰਦੀ ਉਹ ਤੇਰੀ ਕੋਈ ਗਰੰਟੀ ਨਹੀਂ ਗੀ ਸਾਲੀਆ ਤੂੰ ਵਾਹਦ ਹੈ ਔਰਤ ਦੇ ਜਿਹੜੀ ਆਜ ਕੀ ਸਰਦੀਆਂ ਵੀ ਨਹੀਂ ਵਿਕੀ ਹੁਣ ਅਗਲੀਆਂ ਵੀ ਨਹੀਂ ਵਿਕਦੀ ਅੱਲਾਹ ਦੇ ਹੁਕਮ ਨਾਲ ਯਕੀਨ ਹਾਂ ਮੈਂ ਨਹੀਂ ਵਿਕਦੀ ਘਰ ਦੇ ਸਾਰੇ ਕੰਮ ਹਰ ਚੀਜ਼ ਰੈਡੀ ਕਰਦੇ ਮਾਲਕ ਉੱਠਣ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਮੇਰਾ ਫੋਨ ਠੀਕ ਲੱਗਾ ਹੈ ਫੋਨ ਠੀਕ ਲੱਗਾ ਬੋਲ ਤਾਂ ਸਹੀ ਹੈ ਪਰ ਜਗ੍ਹਾ ਸਹੀ ਨਹੀਂ ਇਹਨੂੰ ਲੱਗਣਾ ਕਿਤੇ ਹੋਰ ਚਾਹੀਦਾ ਸੀ कुल्फी कड़े तीला बार चलो काम कुम नबेड़ो फटाफट मारा गुट पे तो भी पिस्तौल पहले की मतलब पहले भी तुसी इत्थे काम ते रखिया समझिया कर पुत्र तेरी शक्ल च तेरी मां नजर आंदी है ओ भी इत्थे सी आपस की गल है ड्रामे वाली मुछा ना लाया करो वजा मेरे बच्चे मेन पायन कहते हाली तक अच्छा जी आहो बच्चे पायन कहते अच्छा पिंडा थावा जाओ तो यह नाई होंगे सरदा की देख लून पा के कई जा रहे हैं मैं घंटा हो गया था ना कह रहा मसाले चो घलाउन पै गया ना बिच जे बिच पै गया तो रौला नहीं पाई दा मसाले भाजी मसाले की गल कर रहे मैं की कह रहा है पा तेरी अखा च मैं गंदे मैसेज नजर आ रहे गंदे मैसेज नजर आ रहे कम भी करे कर कम नहीं कर कोल खलोता रहना ओ
ਉਹਨੂੰ ਤਾਂ ਮੈਂ ਸਮਝਾਇਆ ਮੈਂ ਕਿਹਾ ਘਰ ਦੇ ਕੰਮ ਕਰ ਸਾਰੇ ਉਹ ਕਹਿੰਦੀ ਮੈਂ ਸਫਾਈਆਂ ਕਰਤੀਆਂ ਪੁੱਤਰ ਤੇਰਾ ਤੇਰੇ ਦਿਲ ਆਇਆ ਉਹਨੂੰ ਤਾਂ ਡਰਦਾ ਛੇੜਦਾ ਕੋਈ ਨਹੀਂ ਜੇ ਮੰਨ ਗਈ ਤਾਂ ਕਿੱਥੇ ਲਿਜਾਵਾਂਗੇ ਲੈ ਕੇ ਕਿੱਥੇ ਜਾਣਾ ਜੇ ਇੱਦਾਂ ਦੀ ਬੈਠ ਕੇ ਲੈ ਕੇ ਜਾਵਾਂਗੇ ਜੇ ਇੱਦਾਂ ਦੀ ਬੈਠ ਪੁੱਤਰ ਅੱਜ ਮੈਂ ਬੜਾ ਖੁਸ਼ ਹਾਂ ਕੀ ਹੋਇਆ ਸਲਵਾਰ ਲੱਭ ਗਈ ਅੱਛਾ ਕਿਹੜੀ ਮੈਂ ਬੜਾ ਖੁਸ਼ ਹਾਂ ਕਿਉਂ ਜੀ ਮੇਰਾ ਦਿਲ ਕਰਦਾ ਲੁੱਡੀਆਂ ਪਾਵਾਂ ਨੱਚਾਂ ਗਾਵਾਂ ਮੇਰਾ ਵੀ ਦਿਲ ਕਰਦਾ ਲੁੱਡੀਆਂ ਪਾਵਾਂ ਪਰ ਜਾ ਸਾਰਾ ਕੁਝ ਲੈ ਲੈਂਦੀ ਤੇ ਬੰਦਾ ਦਲੀਲ ਹੁੰਦਾ ਓਏ ਮੈਨੂੰ ਆਪਣਾ ਖੂਨ ਦਾ ਭਰੋਸਾ ਤੇਰੀ ਔਲਾਦ ਮੈਨੂੰ ਧੋਖਾ ਨਹੀਂ ਕਰ ਸਕਦੀ ਕੀ ਸਮਝਿਆ ਉਹ ਮੇਰਾ ਖੂਨ ਹੈ ਤੈਨੂੰ ਕੀ ਪਤਾ ਹੋਵੇ ਚਵਲਾ ਜਿਹਾ ਅੱਛਾ ਇਹੋ ਜਿਹੇ ਬਾਬੇ ਜੇਲ੍ਹ 'ਚ ਹੁੰਦੇ ਨੇ ਪੁੱਛੀ ਨਾ ਕੀ ਕੇਸ ਉਹ ਕੇਸ ਕੀ ਹੋਣਾ ਬੱਕਰੀ ਧੁੱਪੇ ਬੰਨੀ ਜਾਵੇ ਬੰਨ ਮੈਂ ਕਿਹਾ ਵੜ ਕੇ ਲੈ ਉਹ ਆ ਗਏ ਇੱਥੇ ਕੀ ਕੀਤਾ ਹੀ ਉਹ ਕੁੱਤੀ ਕੀ ਕੀਤਾ ਇੱਥੇ ਉਹ ਤੂੰ ਇੱਥੇ ਤੇਲ ਡੋਲੇ ਉਹ ਤੇਲ ਨੂੰ ਛੱਡੋ ਤੇ ਆਪਣਾ ਆਪ ਘਟਾਓ ਤੇਲ ਇਸ ਵਜ੍ਹਾ ਤੋਂ ਡੋਲੇ ਕਿ ਤੇਰੀਆਂ ਪੈਰਾਂ ਇੱਥੇ ਤਿਲਕਦੀਆਂ ਜਾਣ ਉਹ ਤੇਲ ਦੀ ਤੇ ਲੋੜ ਨਹੀਂ ਪੈਂਦੀ ਤੂੰ ਆਦਾ ਹਾਂ ਮੇਰੀ ਸੁਣਾ ਗੱਲ ਬੀਵੀ ਤੂੰ ਮੇਰੀ ਹੈ ਤੇ ਫਿਰ ਤੂੰ ਤੁਹਾਡੇ ਨਹੀਂ ਉਹ ਸ਼ੁਕਰ ਕਰੋ ਫਿਰਨ ਤੁਰਨ ਡਈ ਹਾਂ ਚੱਲ ਜਾ ਕਹੋ ਆ ਜਾ ਬਕਵਾਸ ਨਹੀਂ ਕਰੀ ਦੀ ਕੋ ਸਲਾਮ ਨਹੀਂ ਰੱਖਿਆ ਕਰ ਇਹਨੇ ਆਪਣਾ ਸੱਤਾ ਬੱਚਾ ਮਾਰ ਲਿਆ ਇਸ ਤਰ੍ਹਾਂ ਪਿੱਛੇ ਨਵੇਂ ਪਿਆ ਮਿਸਤਾਨ ਮਾਰੀ ਬੱਚਾ ਕੰਦ ਸ਼ੁਕਰ ਹੈ ਨੌਕਰ ਹੀ ਰਹਿ
ਨੌਕਰ ਹੀ ਆ ਜੀ ਸੁਰਖੀ ਬੜੀ ਸੋਹਣੀ ਲਾਈ ਸੱਚੀ ਖਰਾਬ ਕਰੀਏ ਨਾ ਕਰੀਏ ਕੀ ਮਤਲਬ ਹੈ ਤੇਰਾ ਉਸੇ ਵਾਲੀ ਤੇ ਗੱਲ ਹੀ ਕੋਈ ਨਹੀਂ ਜਦ ਨਹੀਂ ਕਰਨੀ ਰਹਿਣ ਦਿਓ ਵੇ ਉਹ ਬੱਟ ਆਏ ਕਿਹੜਾ ਬੱਟ ਮੇਰੇ ਦੀਪ ਬੱਟ ਆਏ ਦੀਪ ਬੱਟ ਕਿਹੜਾ ਆ ਗਿਆ ਜੀ ਇਹ ਮੇਰਾ ਕਲਾਸ ਫੈਲੋ ਹੋਏਗਾ ਅੱਜ ਤਾਂ ਬੜੇ ਸੋਹਣੇ ਲੱਗ ਰਹੇ ਤੁਸੀਂ ਸੱਚੀ ਆ ਦੋਸਤ ਦੋਸਤ ਆ ਰਹੇ ਹਾਂ ਗੰਦੇ ਕੰਮ ਕਰ ਦੋਖ ਲਾਨ ਪੀਲੇ ਦੰਦਾ ਆ ਲਿਆ ਤਿਆਰੀਆਂ ਕਰੋ ਕੋ ਚਾਹ ਪਾਣੀ ਦਾ ਇੰਤਜ਼ਾਮ ਕਰੋ ਹੁਣ ਆਣਗੇ ਵੇਖਾਂਗੇ ਤੇ ਉਹਨਾਂ ਨੂੰ ਫੇਰ ਹੀ ਕਹਿ ਰਹੀ ਹੈ ਐਡਾ ਸੋਹਣੀ ਤੂੰ ਵੇਖ ਕੇ ਹੈਰਾਨ ਪਰੇਸ਼ਾਨ ਹੋ ਜੜੀ ਅੱਛਾ ਜਿਹਦੇ ਨਾਲ ਮਰਜ਼ੀ ਵਿਆਹ ਕਰਾਉਣਾ ਵੱਡੇ ਢੇਡਾਂ ਨਾਲ ਨਹੀਂ ਤੁਸੀਂ ਕਰਾਉਣਾ ਕਿਉਂ ਉਹ ਸਾਰੀ ਰਾਤ ਕਹਿੰਦਾ ਕੁਝ ਨਹੀਂ ਉੱਤੇ ਪਾ ਕੇ ਹੂੰ ਓਏ ਛੋਟੇ ਉਹ ਮੋਟਰ ਬੰਦ ਕਰ ਟੈਂਕੀ ਭਰ ਗਈ ਹੂੰ ਜਾ ਜਾ ਕੰਮ ਕਰ ਕੋਈ ਟੈਂਕੀ ਤੇ ਫੁੱਲ ਭਰ ਗਈ ਉਹ ਇੱਥੇ ਤੇ ਗਈ ਹੁਣ ਲਾਨਤ ਤੇਰੀ University began Pakistan. I love you. University Kauli Bihi. University Kauli Bihi said, hey, Assalamu alaikum. ਕੀ ਹਾਲ ਹੈ ਸ਼ੁਕਰ ਹੈ ਤੁਸੀਂ ਆ ਗਏ ਹੋ ਆ ਫਲੈਸ਼ ਉਬਾਲੇ ਮਾਰਨ ਡਿਆ ਸੀ ਅੰਦਰ ਆਈ ਯੂਨੀਵਰਸਿਟੀ ਕੈਲੇ ਮੇ ਡੋਨਟ ਟੱਚ ਮੀ ਯੂਨੀਵਰਸਿਟੀ ਪਿਕੈਨ ਇਹ ਤੁਹਾਨੂੰ ਕੁੜੀਆਂ ਨੂੰ ਬਿਮਾਰੀ ਜਿੱਥੇ ਕੋਲੋਂ ਮਰਨ ਵਾਲੀਆਂ ਹੋ ਜਾਂਦੀਆਂ ਜੇ ਔਰ ਨਹੀਂ ਪਾਏ ਨੇ ਇਹਨਾਂ ਸਾਰੇ ਕਿੱਥੇ ਦਫਾ ਹੋਈ ਯਾਰ ਅਸੀਂ ਯਾਰ ਅੱਜ ਇਹੋ ਜਿਹੀ ਕੋਟ ਵਾਲੀ ਗਰਮੀ ਪੈਣ ਡਈ ਹੈ ਹਾਂਜੀ ਕਿਤੇ ਵੀ ਨਹੀਂ ਇਹ ਮੂੰਹ ਕਿਤੇ ਵੀ ਨਹੀਂ ਜਾਣਾ ਇਹ ਦੋ ਵਕਤ ਤੋਂ ਆਖਰੀ ਸਟਾਫ ਇਹਦਾ ਉਹੋ ਹੀ ਉਹ ਆਈ ਐਮ ਲੂਈ ਟੌਪ ਯੂਨੀਵਰਸਿਟੀ ਕੈਨ ਯੂਨੀਵਰਸਿਟੀ ਕੇ ਚੌਲਾ ਨਮਾਰ ਬਸ ਕਾਲੇ ਤਾਂ ਬੜੇ ਵੇਖੇ ਨੇ ਤੁਹਾਡਾ ਤਾਂ ਬਿਲਕੁਲ ਹੀ ਬੇੜਾ ਗਰਕ ਹੋਇਆ ਪਿਆ ਯੂਨੀਵਰਸਿਟੀ ਕੈਨ ਯੂਨੀਵਰਸਿਟੀ ਆਪਕੋ ਪਤਾ ਕਾਲਾ ਜੋ ਹੋਤਾ ਹੈ ਆਂਦਰ ਸੇ ਚੀਟਾ ਹੋਤਾ ਹੈ ਉਹ ਕਿਸ ਤਰ੍ਹਾਂ ਜੀ ਸੰਘਾੜਾ ਵੇਖਿਆ ਜੀ ਤੇ ਮਲੋਕ ਵੇਖਿਆ ਮੈਂ ਕਦੀ ਐਡੀ ਗੌਰ ਨਹੀਂ ਕੀਤੀ ਇੰਨੀ ਯੂਨੀਵਰਸਿਟੀ ਖੈਲ ਐਲੇ ਬੀਰੀ ਸੀ ਨੀ ਮਿਨੀ ਹੋਈ ਇਹਨੇ ਬਹੁਤ ਖੇਲ ਸੀ ਨੀ ਇਹਨੇ ਇਹਨ ਖੈਲ ਗਲਤ ਫਰੈਂਡ ਇੰਨੀ ਮੇਰੀ ਸਿਟੀ ਖੇਲ ਇਹਨੇ ਖਲੋ ਯਾਰ ਡੱਬ ਪਾਉਣੇ ਮੈਨੂੰ ਹੱਥ ਲਾ ਲਾ ਕੇ ਇੱਥੇ ਹੀ ਆ ਓਕੇ 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 ਉਹ ਨਾ ਇੰਗਲਿਸ਼ ਬੋਲ ਖੁਦਾ ਦਾ ਨਾ ਹੀ ਉਹ ਸਾਡੇ ਤੇ ਵੀ ਬਿਜਲੀ ਹੋਣੀ ਇੰਨੀ ਮੇਰੀ ਸਿਟੀ ਖੈਲ ਬਹੁਤ ਲਿਖੀ ਖੈਲ ਕਿ ਬਿੱਲ ਪਾਉਂਦਾ ਮੈਨੂੰ ਆ ਗਿਆ ਇਹ ਨਾ ਆਏ ਕਿੱਥੋਂ ਇੰਨੀ ਮੇਰੀ ਸਿਟੀ ਖੈਲ ਇਹਦੀ ਅਮਰੀਕਾ ਚੱਕ 42 ਅਮਰੀਕਾ ਚੱਕ 42 ਕਿਹੜਾ ਆ ਗਿਆ ਸਿਟੀ ਖੈਨ ਅਮਰੀਕਾ ਤੋਂ ਅੱਗੇ ਜਾਈਏ ਨਾ ਅੱਗੇ ਜਾਈਏ ਵੋਟ ਸਿਟੀ ਖੈਨ ਜ਼ਜ਼ੀਰਾ ਟਾਈਪ ਖੁਸ਼ਕ ਜਗ੍ਹਾ ਇਨ ਯੋਰ ਸਿਟੀ ਡੰਡੀਏ ਡੰਡੀ ਅੱਗੇ ਵਟੋ ਨਿਕਲੀ ਅੱਗੇ ਗਾਂ ਕਰਕੇ ਪਿੰਡ ਮੈਂ ਆਪ ਨਹੀਂ ਗਿਆ ਮੇਰੇ ਖਿਆਲ ਨਾਲ ਮਰੀਦ ਕੇ ਦਾ ਅੰਗਰੇਜ਼ ਲੱਗ ਰਿਹਾ ਉਹ ਨਹੀਂ ਹੋ ਰਿਹਾ ਸਨ ਅਮਰੀਦ ਕੇ ਵੋਟ ਸਿਟੀ ਪੇ ਖੈਨ ਆਈ ਯੋਰ ਗਰਲ ਫਰੈਂਡ ਵੈਸੇ ਆਪਸ ਦੀ ਗੱਲ ਹੈ ਤੁਸੀਂ ਹੋਰ 2 ਮਹੀਨੇ ਨਾ ਹੁੰਦੇ ਤੁਹਾਡੀ ਅੰਦਰ ਹੀ ਚਰਸ ਬਣ ਜਾਣੀ ਸੀ ਜੇ ਮੈਂ 5 ਮਿੰਟ ਹੋਰ ਰੋ ਨਾ ਤੇਰੀ ਮਾਂ ਦਾ ਖਸਮ ਬਣ ਜਾਣਾ ਸੀ ਤੇਰੀ ਮਰਿਆ ਮਾਂ ਦੇ ਸਿਰ 'ਚ ਡੰਡਾ ਨਾ ਕਰੇ ਨਾ ਆਪ ਠੜਕੀ ਤੋਂ ਨਹੀਂ ਹੈ ਕਿਤੇ ਜਾਂ ਕਦੀ ਮਿਸਰੀ ਹੁਸਨ ਨਹੀਂ ਵੇਖਿਆ ਓਏ ਉਹ ਮਿਸਰੀ ਚੂਚਾ ਤਾਂ ਸੁਣਿਆ ਇਹ ਮਿਸਰੀ ਹੁਸਨ ਕਿਹੜਾ ਹੁਣ ਯੋ ਰਿਸੀ ਦਿਖਿਆ ਨਹੀਂ ਮੇਰੀ ਫੋਨ ਇਹ ਡਰਾਮੇ ਡੂਮੇ ਹੀ ਤਾਂ ਹੋ ਰਿਹਾ ਪਹਿਲੇ ਜੇਬ ਕਤਰਾ ਗਾ ਸੀ ਇਹਨੇ ਇੱਕ ਬੰਦੇ ਦੀ ਸ਼ਲਵਾਰ ਵੀ ਜੇਬ 'ਚ ਹੱਥ ਪਾਇਆ ਬੜਾ ਵੱਡ ਕੱਟ ਲਿਆ ਮੈਂ ਕੀ ਹੋਇਆ ਕਹਿੰਦਾ 1000 ਦੇ ਨੋਟ ਦੀ ਐਡੀ ਟੋਪੀ ਨਹੀਂ ਹੁੰਦੀ ਉਹ ਸ਼ਲਵਾਰ ਮੇਰੀ ਅੰਮੀ ਦੀ ਸੀ ਮੇਰੇ ਮਾਰੇ ਜੰਦੀਰੇ ਤੂੰ ਐਂਜਲਾ ਤੂੰ ਖੋਲਵੇ ਐਂਜਲਾ ਤੂੰ ਖੋਲਵੇ ਲੱਖ ਜਿਗਰਤ ਦਿਨ ਭਰ ਮੇਰੇ ਚੰਨ ਚੌਧਵੀ ਦਾ ਕੀ ਅਨੇੜੇ ਤੇ ਤੇਰੀ ਮਾਂ ਲੱਗਦੀ ਵਿਛਾੜ ਕੇ ਖਲੋ ਬਈ ਮਾਂ ਨਾਵੇ ਪੁਲੀਆਂ ਨੂੰ ਆਏ ਹਾਏ ਅੱਗ ਲੱਗ ਗਈ ਲੱਕੀ ਸਾਹਿਬ ਵਾਸਤੇ ਕਲੈਪ ਕਰ ਦਿਓ ਜ਼ਰਾ ਸਾਰੇ ਇਹ ਪਾਕਿਸਤਾਨ ਦਾ ਉਹ ਬੰਦਾ ਜਿਹਨੂੰ ਸਭ ਤੋਂ ਪਹਿਲੇ ਬਵਾਸੀਰ ਹੋਈ ਯੂਨੀਵਰਸਿਟੀ
ਖੋਤੀ ਸੂਬੀ ਆਏ ਬੜੀ ਪੀੜੀ ਐ ਨਾ ਰੇ ਪਿਛੇ ਦੀ ਖੈਲ ਲੈ ਉਰੀ ਪੀ ਔਰ ਕੁੱਤੀ ਨੇ ਬੱਚੇ ਦਿੱਤੇ ਨੇ ਕੋਈ ਮੇਰੇ ਤੇ ਗਿਆ ਲਗੂਰਾ ਕਿ ਨਹੀਂ ਅੱਛਾ ਅੱਛਾ ਲੈ ਮਾਮਾ ਬਣ ਗਿਆ ਤੂੰ ਸੱਚੀ ਮੁੱਚੀ ਉਹਨੂੰ ਐਟਮ ਸੁਣਾਈ ਜਾ ਅੱਛੀ ਹੋਸ਼ ਹੋ ਗਿਆ ਹੁਣ ਔਰ ਸਿੱਧੀ ਮੋਰੀ ਖੈਨ ਇਲਾਜ ਬਸੇ ਦੀ ਖੈਨ ਕਲਾਸ ਫੈਲੋ ਅਵਾਰਡ ਸਿੱਧੀ ਖੈਨ ਪੇਪਰ ਦੇਣ ਚੱਲੇ ਆ ਅਵਾਰਡ ਸਿੱਧੀ ਖੈਨ ਠੀਕ ਹੈ ਭਾਜੀ ਪਿਆਰ ਮੁਹੱਬਤ ਆਪਣੀ ਜਗ੍ਹਾ ਤੇ ਮਗਰ ਮੇਨ ਗੱਡ ਦਾ 150 ਥੋੜਾ ਹੈ ਓਕੇ 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 ਇਹ ਜਾਣਾ ਹੀ ਦਿਹਾੜੀ ਲਾਉਣੀ ਉਹ ਨਹੀਂ ਉਹ ਦਿਹਾੜੀ ਲਾਉਣੀ ਮਾਰੇ ਬਾਹਰ ਸੁਣਨ ਦਾ ਆਪਣਾ ਪਾਗਲ ਹੈ ਖਾਂ ਤੂੰ ਇਹ ਕਿਹੜੇ ਚੱਕਰ 'ਚ ਪੈਂਟ ਕੋਟ ਪਾਇਆ ਇਹ ਤੇ ਉਹ ਲੋਕ ਪਾਉਂਦੇ ਜਿਨ੍ਹਾਂ ਦੇ ਮਾਮੇ ਚਾਚੇ ਤਾਏ ਬਾਹਰ ਹੋਣ ਤੁਹਾਡੇ ਤੇ ਸਾਰੇ ਜੇਲ੍ਹ 'ਚ ਨੇ ਕੰਬਲਿਆ ਮੈਂ ਬਹੁਤ ਮੀਰ ਆਦਮੀ ਡਿਪਲੋਨਾ ਕਰਨ ਡਿਆ ਮੈਂ ਕੀ ਕਰ ਰਹੇ ਹੋ ਡਿਪਲੋਨਾ ਦਹੀਂ ਨਾ ਛਿਲਕਾ ਖੋ ਫਿਰ ਸਹੀ ਡਿਪਲੋਮਾ ਆਏਗਾ ਤੁਹਾਨੂੰ ਤੇ ਅਸੀਂ ਕਲਾਸ ਤਿਆਰ ਨਹੀਂ ਹੋਈ ਅਲੀ ਨਾ ਮੈਂ ਤਿਆਰ ਨਹੀਂ ਤੇ ਹੋਰ ਕੀ ਆ ਮਰੇ ਤੂੰ ਨਹੀਂ ਤਿਆਰ ਹੋਇਆ ਤਿਆਰ ਇਹ ਤਾਂ ਪਹਿਲੇ ਬੜਾ ਸੋਹਣਾ ਹੈਗਾ ਸੀ ਆ ਇਹਨੂੰ ਪਠਾਨ ਲੈ ਗਏ ਉਹਨਾਂ ਨੂੰ ਮਜ਼ਾ ਨਹੀਂ ਆਇਆ ਜਾਂਦਿਆਂ ਨੂੰ ਅੱਗ ਲਾ ਕਮਲਿਆ ਕੱਲ ਗਿਆ ਮੁਕਾਬਲਾ ਹਸਨ ਦੇ ਵਿੱਚ ਅੱਛਾ ਜੀ ਉਹ ਕੋ ਪਤਾ ਨਹੀਂ ਕਿੱਥੇ ਨਿਕਲ ਗਏ ਸਾਰਿਆਂ ਨੂੰ ਨਾਮ ਧੋਇਆ ਸੋਹਣੀ ਬੁੱਢੀ ਜਾ ਰਹੀ ਹੈ ਮੰਨਦਾ ਹੀ ਨੀ ਬੁੱਢੀ ਅਗਲੇ ਇਹੋ ਸਮੇਂ ਕਿਤੇ ਛੱਡਣ ਚੱਲਾ ਜਾਨੇ ਇਸ ਕੋ ਫਾਰਕ ਕਰਾਓ ਮੈਨੂੰ ਨਾਲ ਤੇ ਟਿਕਟਾਂ ਦੋ ਲੈ ਲੈ ਵੇ ਟਿਕਟਾਂ ਦੋ ਲੈ ਲੈ ਸੰਗ ਬਣੀ ਆਈ ਹੋ ਸੰਗ ਬਣੀ ਆਈ ਕਿਸਮਤ ਨਾਲ ਤੇ ਟਿਕਟਾਂ ਦੋ ਲੈ ਲੈ ਵੇ ਟਿਕਟਾਂ ਦੋ ਲੈ ਲੈ ਵੇ ਟਿਕਟਾਂ ਦੋ ਲੈ ਲੈ ਮੇਰਾ ਬੇਟਾ ਡੈਡੀ ਮੇਰਾ ਬੱਚਾ ਘਰ ਦੁੱਧ ਵਾਲਾ ਆਇਆ ਇਹਦੀ ਬੀਵੀ ਕਹਿੰਦੀ ਪਾ ਦੁੱਧ ਪਤਲਾ ਆਉਣ ਡਿਆ ਇਹ ਕਹਿੰਦਾ ਮੈਨੂੰ ਕੀ ਕਹਿਣ ਡਿਆ ਡਾਕਟਰ ਨੂੰ ਦੱਸ ਇਹਦੀ ਬੀਵੀ ਕਹਿੰਦੀ ਮੈਨੂੰ ਤਲਾਕ ਦੇ ਦੇ ਕਹਿੰਦਾ ਵੇਖ ਲੈ ਉਹਨੇ ਕਿਹਾ ਵੇਖਿਆ ਤੇ ਤਲਾਕ ਮੰਗਣ ਡਈ ਇਹ ਤਾਂ ਤੁਹਾਨੂੰ ਇੱਕ ਸੁੱਚਲ ਵਾਕਿਆ ਸੁਣਾਉਣਾ ਇੱਕ ਦਿਨ ਇਹਦਾ ਬੜਾ ਦਿਲ ਕੀਤਾ ਆਪਣੀ ਬੇਗਮ ਨਾਲ ਸਵਾਨ ਨੂੰ ਉਹਨੂੰ ਕਹਿੰਦਾ ਚੱਲ ਭਲੀਏ ਲੋਕੇ ਉਹ ਕਹਿੰਦੀ ਫਿਰ ਮੈਂ ਜੁੱਤੀ ਲੈ ਕੇ ਦੇਣੀ ਕਹਿੰਦਾ ਲੈ ਦਿਆਂਗੇ ਕਹਿੰਦੀ ਸੂਟ ਕਹਿੰਦਾ ਵੀ ਲੈ ਦਿਆਂਗੇ ਇਹਨੇ ਜੀ ਦਾ ਨਿੱਕਾ ਮੁੰਡਾ ਉੱਠ ਪਿਆ ਕਹਿੰਦਾ ਆਪਾਂ ਜੋ ਕਰਨਾ ਮੇਰੇ ਨਾਲ ਕਰ ਲਾ ਮੈਨੂੰ ਸਿਰ ਬਸਤਾ ਲੈ ਦੇ ਮੇਰਾ ਹੱਥ ਖਲੋ ਗਿਆ ਜੀ ਤੇ ਮੇਰਾ ਕਿਉਂ ਨੀ ਖਲੋਤਾ ਤੁਹਾਡੀ ਉਮਰ ਜ਼ਿਆਦਾ ਕੀ ਬਕਵਾਸ ਬਾਬਾ ਆਪ ਸੁਣਾਏ ਮੈਂ ਤੈਨੂੰ ਖੁਸ਼ਖਬਰੀ ਸੁਣਾਵਾਂਗਾ ਪੁੱਤਰ ਮੈਂ ਸਾਰੀ ਜਾਇਦਾਦ ਮੇਰੇ ਨਾਂ ਕਰਤੀ ਏ
शादी कर लो ते मैं पापा शादी कर ली शादी कर ली मैं अपनी नौ भी ना लाया पापा मेरी नौ की करनी है मैं भी कर रही पापा छड़ दियो ओदे इश्क ते ऐसा पागल होया पता नहीं की दसा मैं लेके आया बीवी ये है मेरी बीवी हाजी सदीक हाजी सदीक बचियां तैनू मैं मना करके ऐसा कि तू साडे घर नहीं आना कोठे तो कोठी च की लैना है आहा शाबाश बच्चिया तू साडी एटीएम मशीन ले आया ते असी ओथे कार्ड लेके बैठे रहे हां हां पुत्तर सारे तमाशबीन कार्ड हाथ च फड के बैठे आ के मशीन ही कोई नहीं प्यो रखे लोकी एह जिहा कुत्ता नहीं रखते तू प्यो रखे तेरी ममा नुक्कर च मसाला सुटन वाली कांडी अरगा मूह सी मुंडा चटू वड्डा जम दिता अपनी धी को पुछ मेरे च की वैरायटियां ने मरे मेनू एक एक गल दसी मैं क्या बेटा जी इज्जत जिंदे रहो बड़का मार तेरी मोटरसाइकिल हाजी सदीक नहीं मंगवाणी मैं सोच भी नहीं सकता ये मेरा घर है चादर और चार दीवारी का तुम्हें तहफ्फुज़ दे रहा हूँ तुम पता जगह मेरा स्टेटस नहीं है जानना मैं तेरा स्टेटस एक सफेद चादर ढोलक बाजे ते चंद तमाशबीन तेरे इज्जत रास नहीं तमाशबीन दे नाल हाजी साहब दा भी नाल है ना जेड़े नोट पैरा चो इकट्ठे करदे चलो सलाम करो बाबा ये है मेरी बेगम तेरा सौरा ही चिद्दी हुआ सलाम मामा मामा शादी कर ली स्वागत ठीक है मैं जानना वा तेरा घर है इतने राज तेरा चलना है लेकिन मैं तेन इज्जत की चार दीवारी इस लिए लेके आया कि जो गल मैं कहूंगा तेन माननी पेगी इस तरह ना करो मेरे को दूजी शलवार भी नहीं है
ਤੇ ਕੋਈ ਗੱਲ ਨਹੀਂ ਮੇਰੀ ਬੱਚੀ ਦੀ ਪਾ ਲਈ ਅਸੀਂ ਤੇ ਇੱਕ ਵਾਰੀ ਜਿਹੜੀ ਲਾ ਦੀ ਹੈ ਫਿਰ ਕਦੇ ਪਾਈ ਨਹੀਂ पूरे दो ट्रक लैके आए जान केड़ी छुड़ा के आया आवाजा किथे दे उथे बेटा पादम तरीके ना ला रहे ਮੈਂ ਤੈਨੂੰ ਕਿਹਾ ਸੀ ਇਹਨਾਂ ਨੂੰ ਕਿਧਰੇ ਜਾ ਕੇ ਦਫਨਾ ਦਿਓ ਮੇਰੇ ਘਰ ਚ ਕਿਉਂ ਲੈ ਕੇ ਆ ਗਏ ਹੋ ਕਿੱਥੇ ਦਫਨਾ ਦਈਏ ਪੁੱਤਰੇ ਸਾਡੇ ਤਬਲੇ ਵਾਜੇ ਆ ਇਹ ਕੋਈ ਜੱਟ ਦਾ ਕਦਾਸਾ ਨਹੀਂ ਦਫਨਾ ਦਿਓ ਮਰ ਵੀ ਤੂੰ ਤੇਰਾ ਇਹ ਤੁਹਾਡੀ ਮਜ਼ਦੂਰ ਹੈ ਕਿ ਲੇਬਰ ਹੈਗੀ ਆਪਣੇ ਨਾਲ ਹੀ ਨੇ ਸਾਰੇ ਇਹ ਤਾਂ ਬੜੇ ਛੋਟੇ ਛੋਟੇ ਕੰਜਰ ਸਫੈਦ ਚਾਦਰ ਇੱਥੇ ਕਿੰਨ ਕੰਮ ਨੇ ਲੱਗੇ ਕੰਜਰ ਸਾਨੂੰ ਕਹਿ ਰਿਹਾ ਆਪ ਤੂੰ ਕੁੜੀਆਂ ਨਚਾਉਣਾ ਇੱਥੇ ਨਚਾਉਣੀਆਂ ਕੁੜੀਆਂ ਤੇ ਕਟਿੰਗ ਵਜ਼ੀਰਾਂ ਵਾਲੀ ਬਜ਼ਾਰੀ ਇਸ਼ਕ ਕਰਕੇ ਪਾਗਲ ਹੋ ਗਿਆ ਵਾ ਬਿਲਕੁਲ ਨਹੀਂ ਨਹੀਂ ਜਾਨ ਇਸ ਤਰ੍ਹਾਂ ਨਾ ਕਰ ਤੂੰ ਤੇ ਮੇਰੇ ਨਾਲ ਬੜੇ ਕਸਮੇ ਵਾਅਦੇ ਖਾਏ ਸਰ ਦੇਖੋ ਮੈਂ ਝੂਠ ਬੋਲਿਆ ਸੀ ਤੇਰਾ ਪੈਸਾ ਵੇਖ ਕੇ ਮੇਰੀ ਨੀਅਤ ਬੇਈਮਾਨ ਹੋ ਗਈ ਸੀ ਮੋਬਾਈਲ ਕੋਈ ਫੋਟੋ ਆਪੇ ਹੀ ਅਪਲੋਡ ਨਾ ਹੋ ਜਾਏ ਬਸ ਸਾਰੀ ਬਸ ਕਾਲ ਡ੍ਰੌਪ ਹੋ ਗਈ ਸੀ ਬਸ ਜੀ ਬਸ ਅੱਜ ਮੇਰੀ ਸ਼ਾਦੀ ਹੈ ਮੇਰੀ ਸਵਾਗਰਾਤ ਹੈ ਜੀ ਜੀ ਫਾਈਲ ਬਸ ਦਫ਼ਤਰ 'ਚ ਪਈ ਹੈ ਸਰ ਸੁਬਹ ਪਹੁੰਚਾ ਦਿਆਂਗਾ ਹੁਣੇ ਪੁੱਛ ਨਹੀਂ ਬਸ ਮੇਰੀ ਆਪਣੀ ਫਾਈਲ ਖੁੱਲ੍ਹੀ ਪਈ ਹੈ ਬਸ ਮੈਂ ਇੱਥੇ ਮੈਂ ਹੁਣੇ ਲੈ ਕੇ ਆਇਆ ਬਸ ਮੈਂ ਇੱਕ ਮਿੰਟ 'ਚ ਆਇਆ ਬਸ ਜਾਨ ਦੇਖੋ ਮੇਰੀ ਨੌਕਰੀ ਦਾ ਮਸਲਾ ਮੈਂ ਹੁਣੇ ਆ ਜਾਣਾ ਨਾ ਮੇਰੀ ਜਾਨ ਪਲੀਜ਼ ਨੋ ਪਲੀਜ਼ ਜਾਨ ਮੈਂ ਹੁਣੇ ਆਇਆ ਬਸ ਮੈਂ ਹੁਣੇ ਆਇਆ ਯਾਦ ਲਾ ਕਰ ਉਹ ਪੁੱਤਰ ਛੱਡ ਪਰਾ ਸੁਹਾਗਰਾਤ ਤੂੰ ਕਿਹੜਾ ਪਹਿਲੀ ਵਾਰੀ ਬਣਾਉਣੀ ਲੋਕਾਂ ਦੀਆਂ ਸੁਹਾਗਰਾਤਾਂ ਤੇ ਅਸੀਂ ਤਾਂ ਮੁਜਰੇ ਪੇਸ਼ ਕੀਤੇ ਆ ਜੂਸ ਲੈ ਕੇ ਪੁੱਤਰ ਕਾਹਦਾ ਪੀਣਾ ਹੈ ਪੇਮੈਂਟ ਤੇ ਪੂਰੀ ਹੋਵੇ ਇੱਕ ਇੱਕ ਅੱਖ ਮਾਰ ਇਹਨਾਂ ਨੂੰ ਲਓ ਵੀ ਚੁੰਨੀ ਆ ਗਈ ਜੇ 500 ਤੁਸੀਂ ਕੋਲੋਂ ਦੇ ਦਿਓ ਚੱਲ ਫਿਰ ਨਿਕਲ ਜਾ ਨਹੀਂ ਹੈਗੇ ਹਾਂਜੀ ਨਿਕਲੋ ਪੁੱਤਰ ਨਿਕਲੀ ਜਾਓ ਖੈਰ ਯਾਦ ਆਇਆ ਇਹ ਸ਼ੇਰ ਆ ਪੁੱਤ ਤਾਂ ਕਿ ਬੱਚਾ ਖੂਬਸੂਰਤ ਪੈਦਾ ਹੋਵੇ ਤੇਰੀ ਮਾਂ ਨੇ ਡੱਡੂ ਵੇਖ ਲਿਆ ਸੀ ਖੈਰ ਹੋਵੇ ਬੱਚਿਆ ਲੈ ਬਈ ਕੀ ਗੱਲ ਕੀਤੀ ਆ ਦਾਤ ਦੇ ਵਿੱਚ ਤੇਰੀ ਧੌਣ ਨਹੀਂ ਲਾਉਣੀ ਆ ਮੈਂ ਤੂੰ ਪੈਸੇ ਕੀ ਕਰਨੇ ਆ ਮਰੇ ਤੂੰ ਤੇ ਰੁਪਈਏ ਲਾਠੀ ਭਾਪਾ ਮੈਂ ਤਾਂ ਥੱਲੇ ਡਿੱਗ ਪਈ ਨਾ ਖੈਰ ਹੋਵੇ ਤੇਰੀ ਨਿਕਲ ਤੂੰ ਵੀ
ਅੱਲਾ ਖੈਰ ਹੀ ਕਰੇ ਮਰੇ ਹੋਏ ਉਸ ਮਾਂ ਪਿਓ ਤਾਂ ਸਦਕੇ ਜਾਵਾਂ ਜਿਹਨੇ ਧੁੱਪ ਵੇਖੀ ਨਾ ਛਾਂ ਵੇਖੀ ਬਸ ਤੇਰੀ ਮਾਂ ਵੇਖੀ ਸੂਫੀ ਦੇ ਸਾਹਮਣੇ ਕਰ ਪੁੱਤਰ ਤੋਹਫੇ ਹਾਜੀ ਸਦੀਕ ਦੇ ਤੋਹਫੇ ਮੈਨੂੰ ਸਾਰਾ ਹੀ ਪਤਾ ਇੱਧਰ ਆ ਉਹ ਐਨਕ ਵਾਲਾ ਵੀ ਬੈਠਾ ਹੈ ਉਹ ਪੁੱਤਰ ਐਨਕਾਂ ਐਵੇਂ ਨੀ ਉਹ ਲੱਗਦੀਆਂ ਇਹ ਹੱਥਾਂ ਦੀਆਂ ਕੀਤੀਆਂ ਅੱਖਾਂ ਅੱਗੇ ਆ ਗਈਆਂ ਸ਼ਾਦੀ ਕਰਕੇ ਮੈਂ ਇੱਥੇ ਰਹਿਣ ਨੀ ਦੇਣਾ ਮੈਂ ਤੈਨੂੰ ਲੈ ਜਾਣਾ ਬਾਹਰ ਦਬੋੜ ਮਰੀਦ ਕੇ ਤੁਹਾਡਾ ਨੀ ਖੜਦਾ ਟਾਲੀ ਮੇਰੇ ਕੰਨ ਤੇ ਵੱਜੀ ਹੋਈ ਮੈਂ ਕਿਹਾ ਇਹਦੇ ਨਾਲੋਂ ਪੈਦਲ ਠੀਕ ਆ ਹਾਂ ਗੱਲ ਪਤਾ ਕੀ ਹੈ ਮੈਨੂੰ ਪਤਾ ਲੱਗਾ ਕਿ ਤੇਰੇ ਪਿਓ ਨੇ ਸਾਰੀ ਜਾਇਦਾਦ ਜਿਹੜੀ ਹੈ ਤੇਰੇ ਭਰਾ ਦੇ ਨਾਵੇਂ ਲਾਤੀ ਹੈ ਬੁਰੀ ਬਾਤ ਨੀ ਤੇਰੇ ਨਾਲ ਕੁਛ ਵੀ ਨੀ ਨਾ ਲਾਇਆ ਵੀ ਜਾਣ ਬਾਤ ਦਰਅਸਲ ਇਹ ਹੈ ਮੈਂ ਆਪਣੇ ਸਾਥ ਸ਼ਾਦੀ ਨਹੀਂ ਕਰ ਸਕਦਾ ਮੈਂ ਠੀਕ ਨੀ ਰਹਿੰਦਾ ਮੇਰੀ ਗੱਲ ਨੂੰ ਸ਼ਾਦੀ ਕਿਸੇ ਹੋਰ ਨਾ ਕਰਵਾ ਲਾ ਹੁਕਮ ਕਰ ਹਾਜੀ ਬੱਚੀਆਂ ਇਲਾਵਾ ਤੂੰ ਤੇ ਖੁਸਰਿਆਂ ਦਾ ਕਾਰੀਗਰ ਹੁਕਮ ਕਰ ਨਚਾ ਦਿੰਦੇ ਆ ਇੱਥੇ ਘੱਟ ਗਈਆਂ ਮੈਂ ਤਾਂ ਤੇਰੇ ਘਰੋਂ ਲਿਆ ਕੇ ਨਚਾ ਦੇਣੀ ਆ ਤੇਰਾ ਨੇ ਕੱਖ ਨਾ ਕਿੱਥੇ ਮਗਰੋਂ ਪੈ ਗਏ ਆ ਸਾਡੇ ਤਮਾਸ਼ ਵੀ ਨੱਜੇ ਨੀ ਆਉਂਦੇ ਤੇ ਤੂੰ ਆਪਣਾ ਸਿਆਪਾ ਪਾ ਦੇ ਤੈਨੂੰ ਕਿੱਥੇ ਲੈ ਜਾਣੇ ਤਬਲੇ ਵਾਜੇ ਕੁਆਰੇ ਹੀ ਬੈਠੇ ਰਹਿੰਦੇ ਹਾਜੀ ਦੀਆਂ ਬੱਚੀਆਂ ਤੇ ਤਬਲੇ ਕੀ ਹੁੰਦੇ ਖੈਰ ਹੋਵੇ ਤੁਹਾਡੀ ਉਹ ਪਿੱਛੇ ਹੈ ਵੀ ਉਹ ਕਿ ਹਾਜੀ ਸਦੀਕ ਵੀ ਨਿਕਲ ਗਿਆ ਅੱਜ ਸਦੀਕ ਨੂੰ ਨਿਕਲਣ ਦਿੰਦੇ ਆ ਬਰਾਬਰ ਚਾਚੀਆਂ ਤਾਈਆਂ ਡੂੜੀਆਂ ਲੰਘ ਗਈਆਂ ਮੇਰੇ ਉੱਤੇ ਛੱਜ
ਬਿਮਾਰੀ ਦੀ ਤੂੰ ਜੋ ਤੇਰੀ ਤਬੀਅਤ ਹੋਈ ਆ ਤੇਰੇ ਤੇ ਦਹੀਂ ਪਾ ਕੇ ਦੋ ਚਾਰ ਕੁੱਤੇ ਨਾ ਛੱਡ ਦਈ ਹੈ ਕੁੱਤੇ ਰਹਿੰਦੇ ਕੁੱਤੀਆਂ ਛੱਡ ਆਹਾ ਹਾ ਹਾ ਚੌਂ ਚੌਂ ਕਰਦੀਆਂ ਫਿਰ ਮੇਰੇ ਵਿੱਚ ਆਓ ਮੇਰੀਆਂ ਕਿਉਂ ਆਉਣੀਆਂ ਚੌਧਰੀ ਨੋਟ ਦੀਆਂ ਆਉਣੀਆਂ ਅੱਖਾਂ ਬਾਹਰ ਬਹੁਤ ਪੈਸੇ ਚੌਧਰੀ ਛੰਨੇ ਚੱਲਣ ਤਮਾਸ਼ਬੀਨ ਵੇਖ ਤੇ ਬਾਜੀ ਨੂੰ ਬੁਲਾਉਣਾ ਹੀ ਮੈਂ ਛੋਟੀ ਉਮਰ ਦੀ ਬੱਚੀ ਨੀ ਲਿਆਉਣੀ ਛੋਟੀ ਉਮਰ ਦੀਆਂ ਬੱਚੀਆਂ ਜਿਹੜੀਆਂ ਛਿਟਕੇ ਛਿਟਕਿਆ ਹਾਂਜੀ ਤੇ ਕਿਹੜੀ ਚਾਹੀਦੀ ਹੈ ਇਹਨਾਂ ਦੀਆਂ ਮਾਵਾਂ ਲਿਆ ਮੈਂ ਕੰਜਰਾ ਦੀ ਮਾਂ ਕੱਟ ਕੇ ਜਾਊਂਗਾ ਕਿੱਡਾ ਮਾੜਾ ਤਮਾਸ਼ਬੀਨ ਹੈ ਜਿਹੜਾ ਮਾਵਾਂ ਦਾ ਮੁਜਰਾ ਵੇਖਣ ਆ ਗਿਆ ਕੰਜਰਾਂ ਦੀਆਂ ਸਾਡੀਆਂ ਨਹੀਂ ਚੌਧਰੀ ਵੱਡੀ ਉਮਰ ਦੀ ਕੁੜੀ ਚੰਗੀ ਹੁੰਦੀ ਹੈ ਕਿਉਂ ਕਮ ਸੇ ਕਮ ਸਮਝਾ ਤੇ ਦਿੰਦੀ ਆ ਪੁੱਤਰ ਇੰਜਣੀ ਇੰਜ ਨਾਲੇ ਵੱਡੀ ਉਮਰ ਦੀ ਔਰਤ ਜ਼ਰੂਰੀ ਹੈ ਛੀ ਹੁੰਦੀ ਹੈ ਬਾਈ ਜਾਨ ਹੈ ਜ਼ਾਹਰੀ ਗੱਲ ਛਾਪਾ ਪੈ ਜੇ ਕਮ ਫੁੱਫੀ ਹੈ ਮਸਲਾ ਖਰਾਬ ਬਸ ਚੌਧਰੀ ਤੇਰੇ ਵਰਗਾ ਕਾਰੀਗਰ ਮੈਂ ਨਹੀਂ ਵੇਖਣਾ ਜਨਾਨੀਆਂ ਕੈਸੀਆਂ ਕੈਸੀਆਂ ਮੈਂ ਕਹਿੰਦਾ ਚੌਧਰੀ ਹਰ ਉਮਰ ਦੀ ਹਰ ਸਾਈਜ਼ ਦੀ ਬੱਚੀ ਮੇਰੇ ਕੋਲ ਅਵੇਲੇਬਲ ਹਰ ਬਸ ਐਸੀ ਲਿਆ ਜਨਾਨੀ ਜਿਹੜੀ ਉੱਠ ਕੇ ਡਿੱਗ ਜਾਏ ਇਹ ਕਿਹੜੀ ਜਨਾਨੀ ਕੋਈ ਫਾਲਜ ਵਾਲੀ ਲੈ ਆਵਾਂ ਉੱਠ ਕੇ ਡਿੱਗ ਪਵੇ ਕਿਹੜੀ ਜਨਾਨੀ ਜਿਹੜੀ ਉੱਠ ਕੇ ਉੱਤੇ ਫਾਲਜ ਹੋਵੇ ਅੱਛਾ ਕੀ ਮਤਲਬ ਆ ਥੱਲੇ ਉਹਦੀਆਂ ਲੱਤਾਂ ਇੰਜ ਨਹੀਂ ਕਰਦੀਆਂ ਨਾ ਚੌਧਰੀ ਕਿੱਡਾ ਮਾੜਾ ਤਮਾਸ਼ਬੀਨ ਹੈ ਤੂੰ ਮੈਂ ਪਿਛਲੀ ਵਾਰੀ ਵੀ ਗਿਆ ਇੱਕ ਮੁਜਰੇ ਉੱਤੇ ਅੱਛਾ ਮੈਂ ਕਿਹਾ ਜਨਾਨੀ ਲਿਆਓ ਜਿਹੜੀ ਤੁਹਾਡੀ ਡੇਰ ਤੱਕ ਸਪਾਹੇ ਰੇ ਉਹ ਜਨਾਨੀ ਦੇ ਇੰਨੇ ਪਾਸੇ ਫਾਲਜ ਹੋਇਆ ਸੀ ਨਾਲ ਨਕਸ਼ੀ ਨਾਲ ਸਟੈਪ ਵੀ ਕੀਤੇ ਉਹਨੇ ਉਹ ਕਿਵੇਂ ਚਾਹ ਫਾਲਜ ਹੋਇਆ ਕਰਨ ਲਈ ਵੇ ਛੱਡ ਮੇਰੀ ਵੀਨੀ ਨਾ ਮਰੋ ਤੇ ਕੱਚਦੀਆਂ ਵਾਂਗਾਂ ਤੇ ਮੈਂ ਕਿਹਾ ਸਾਰੀਏ ਤੂੰ ਬਾਹਰ ਸਾਂਭੇਗੀ ਕਿ ਮੈਨੂੰ ਸਾਂਭੇਗੀ ਚੌਧਰੀ ਸਿੰਧ ਦੇ ਲੋਕ ਚੰਗੇ ਹੁੰਦੇ ਆ ਸਹੀ ਗੱਲ ਇਹਨਾਂ ਨੂੰ ਪੁੱਛਣਾ ਕਿੱਥੇ ਰਹਿੰਦੇ ਹੋਗੇ ਕਹਿਣਗੇ ਬਾਬਾ ਇੱਧਰ ਜਾੜੀਓ ਮੈਂ ਰਹਿਤਾ ਹੈ ਗਾੜੀ ਮਾੜੀ ਆਤਾ ਹੈ ਲੂਟ ਲੇਤਾ ਹੈ ਅੱਲਾ ਇੱਜ਼ਤ ਕਾ ਰੋਟੀ ਦੇਤਾ ਹੈ ਨਹੀਂ ਚੌਧਰੀ ਤੈਨੂੰ ਕੀ ਪਤਾ ਹੁਸਨ ਕੀ ਹੁੰਦਾ ਤੂੰ ਸਾਰੀ ਜ਼ਿੰਦਗੀ ਫੋੜਿਆਂ ਵਾਲੀਆਂ ਬਾਹਾਂ ਫੜੀਆਂ ਐਡੀ ਐਡੀ ਅੱਖ ਚੌਧਰੀ ਐਡੇ ਐਡੇ ਲੰਮੇ ਵਾਲ ਆਉਂਦੇ ਕਿੱਡੇ ਕਿੱਡੇ ਐਡੇ ਐਡੇ ਕਿੱਥੇ ਦੇ ਚੌਧਰੀ ਤੈਨੂੰ ਮਹਿਸੂਸ ਹੋਇਆ ਹਵਾ ਨਾ ਪੜਦਾ ਹੀ ਲਿਆ ਵਾ ਮੈਂ ਚੌਧਰੀ ਤੈਨੂੰ ਬੱਚੀ ਦੀ ਕੁਆਲਿਟੀ ਦੱਸਾਂ ਮੋਰਨੀ ਪਹਿਲਾਂ ਪਾ ਰਹੀ ਹੈ ਹਾਜੀ ਦੀ ਬੱਚੀ ਜਦੋਂ ਹਾਜੀ ਹਾਜੀ ਪਤ ਕੀ ਹੋਇਆ ਤੂੰ ਵੀ ਠੀਕ ਹੀ ਹੈ ਚਲੋ ਚਲੋ ਚਾਰੇ ਪਹਿਲਾਂ ਮੈਂ ਪਹਿਲਾਂ ਯਾਰ ਪੈਸੇ ਦੀ ਭਾਣ ਬੜਾ ਚੱਲ ਲਗਾ ਲਾ ਅੱਗ ਚੌਧਰੀ ਪਹਿਲਾਂ ਮੈਂ ਪਹਿਲਾਂ ਯਾਰ ਪੈਸੇ ਦੀ ਭਾਣ ਬੜਾ ਚੱਲ ਲਗਾ ਲਾ ਅੱਗ ਚੌਧਰੀ ਪਹਿਲਾਂ ਮੈਂ ਪਹਿਲਾਂ ਯਾਰ ਪੈਸੇ ਦੀ ਭਾਣ ਬੜਾ ਚੱਲ ਲਗਾ ਲਾ ਅੱਗ ਚੌਧਰ
ਸ਼ਾਤਾ ਤੂੰ ਕਿਸ ਬਾਗ ਦੀ ਬੋਲੀ ਹੈ ਮੇਰੀਆਂ ਬੱਚੀਆਂ ਚੱਲ ਮਾਵਾਂ ਬਚਦੀਆਂ ਅਸੀਂ ਕਦੋਂ ਬਚਾਉਣ ਆਏ ਬੱਚਿਆ ਚੱਲ ਤਾਰਾ ਥੋੜੀ ਜਿਹੀ ਕਮੇਟੀ ਕਮਾ ਦੇ ਚੌਧਰੀ ਮੈਂ ਤੇਰੇ ਲਈ ਮਾਹੌਲ ਬਣਾਉਣ ਡਿਆ ਤੂੰ ਹਾਜੀ ਤੇ ਟਿਕਟਕੀ ਲਾ ਲਈ ਹੈ ਲਿਆ ਹਾਜੀ ਚੱਲ ਹਾਜੀ ਮੈਨੂੰ ਨਹੀਂ ਸੀ ਪਤਾ ਕਿ ਮਾਰਕੀਟ 'ਚ ਮੈਂ ਵੀ ਚੱਲ ਸਕਦਾ ਇਹ ਅੱਜ ਹਾਜੀ ਨੂੰ ਤੇਰੇ ਕੋਲੋਂ ਪਤਾ ਲੱਗਿਆ ਹੀ ਬੱਚੇ ਤੈਨੂੰ ਪਤਾ ਹਫ਼ਤੇ ਦਾ ਮਾਲਕ ਆ ਮੋਜੂ ਮੋਟਰ ਚੱਲ ਤੇਰਾ ਮੇਰੀ ਬਾਤ ਸੁਣੇ ਪੁੱਤਰ ਪਲੀਜ਼ ਤਪੜੀਏ ਤੇ ਤੇਰੀ ਬਾਨ ਤੇਰੀ ਨੂੰ ਤਮੀਜ਼ ਤੇ ਬਾਤ ਕਰੋ ਮੇਰੇ ਸਾਥ ਤੁਮ ਜਾਣਦੇ ਨਹੀਂ ਹੋ ਮੇਰੇ ਕੋਲ ਉਹ ਤਮੀਜ਼ ਨਾ ਤੂੰ ਅਮਰ ਦੇ ਆ ਕਿਤਨਾ ਫਸੀ ਹੋਈ ਹੈ ਤਮੀਜ਼ ਤੇ ਸਾਲੀਆਂ ਤੇ ਉਰਦੂ ਬੋਲ ਬੋਲ ਥੱਕ ਜਾਂਦੀਆਂ ਕਦੀ ਪਿੱਛੇ ਜਾ ਕੇ ਵੇਖੋ ਵੇ ਪੱਖੇ ਦਾ ਮੂੰਹ ਜਿਹਾ ਕਰ ਵਾਇਆ ਇੰਜੀ ਕਰਦਾ ਪੁੱਤਰ ਮੇਰੇ ਚ ਗੈਰਤ ਹੁੰਦੀ ਤੇ ਸਿੱਧੀ ਲੜਾਈ ਸੀ ਨਾ ਬੱਚਿਆ ਉਹਦਾ ਚਲੋ ਹਾਜੀ ਉਹ ਪੁੱਤਰ ਨੱਚ ਪੈ ਤੂੰ ਚਾਹੁੰਦੀ ਹੈ ਕਿ ਹਾਜੀ ਸਦੀਕ ਵੀ ਰਗੜਿਆ ਜਾਵੇ ਉਹ ਬੱਚਿਆ ਨੱਚ ਪੈ ਥੋੜੀ ਜਿਹੀ ਕਮੀ ਹਾਜੀ ਤੇਰਾ ਇੱਥੇ ਬਹਿ ਜਾ ਤੇਰਾ ਮੈਂ ਤੇਰੇ ਲਈ ਮਾਹੌਲ ਬਣਾਉਣ ਡਿਆ ਮੈਂ ਇੱਥੇ ਹਾਜੀ ਪਸੀਨੇ ਆਉਣ ਲੱਗ ਪਏ ਹਾਜੀ ਹੱਥ ਪੈਰ ਸੌਣ ਲੱਗ ਪਏ ਪਿਛਲੇ ਵੀ ਸੌਂਦੇ ਸਾਡੇ ਤੇ ਪਾ ਹਾਜੀ ਸਹੀ ਹੈ ਛੋਟਾ ਮੋਦੀ ਪਾਕਿਸਤਾਨੀਓ ਮੌਸਮ ਚੇਂਜ ਹੋ ਗਿਆ ਪਾਕਿਸਤਾਨੀਓ ਮੇਰੇ ਪਿਛਲੇ 500 ਵਾਲੇ ਓਵਰਸੀਜ਼ ਪਾਕਿਸਤਾਨੀ ਹੋ ਇੱਕ ਮੁੱਠ ਹੋ ਜਾਓ ਕਿਉਂਕਿ ਮੁੱਠ ਮੇਂ ਸ਼ਫਾ ਪਾਕਿਸਤਾਨੀਓ ਯੇ ਜਮਹੂਰੀਅਤ ਹੈ ਇਹ ਕਿਹੜੀ ਜਮਹੂਰੀਅਤ ਤੂੰ ਬਹਾਉਣ ਲਈ ਹੈ ਚੋਰੀ ਕੀ ਹੈ ਲੱਕ ਚ ਕੀ ਪਾਏ ਕੀ ਹੋ ਰਿਹਾ ਇਸ ਕਾਤੇ ਵਿੱਚ ਆਫਤਾਬ ਉਹ ਇੱਕ ਬੰਦਾ ਗਿਆ ਨਹੀਂ ਦੂਸਰਾ ਤੋਂ ਸੱਦ ਲਿਆ ਤੂੰ ਚਲੋ ਚਲੋ ਚੱਲ ਤੇਰੀ ਭੈਣ ਨੂੰ ਕੁੱਟ ਕੇ ਆਇਆ ਚਲ ਕੌਣ ਲੋਕ ਨੇ ਮੈਂ ਉਸਦੀ ਅੰਡਰਗਰਾਉਂਡ ਵਾਇਰਿੰਗ ਕਰਨੇ ਆਇਆ ਹਾਂ ਅੰਡਰਗਰਾਉਂਡ ਵਾਇਰਿੰਗ ਤੁਮ ਬਾਹਰ ਚਲੋ ਫੋਨ ਨਾ ਰੱਖ ਮੈਂ ਤੁਮੇ ਕੀ ਬਤਾਉਂ ਆਫਤਾਬ ਆਜ ਕੋਈ ਹੋਰ ਆ ਗਿਆ ਤੁਸ ਕੇ ਸਾਥ ਇਸ ਤਰ੍ਹਾਂ ਤੋਂ ਨਹੀਂ ਘਰ ਬਸਤੇ ਜੀ ਕੌਣ ਸਾ ਉਹ ਪਿਆਰ ਉਹ ਵਾਦੇ ਉਹ ਕਸਮ ਸਭ ਕੁਝ ਭੁੱਲ ਗਏ ਕੌਣ ਸੀ ਭੁੱਲ ਜਾਓ ਸਭ ਕੁਝ ਕਿਰਨ ਲੇਕਿਨ ਆਪਣੇ ਬੱਚੇ ਤੋਂ ਨਾ ਭੁੱਲੋ ਜੀ ਕਿਆ ਬਕਵਾਸ ਹੈ ਕਿਰਨ ਇਹ ਸਭ ਜਾ ਸੁਣ ਲਾ ਮੈਂ ਕੋਈ ਗੱਲ ਨਹੀਂ ਦਰਸਲ ਮੇਰੀ ਬੱਚੀ ਨੇ ਕਿਹਾ ਸੀ ਦੇਸੀ ਆਂਡੇ ਚਾਹੀਦੇ ਆ ਤੇ ਮੈਂ ਜਰਾ ਪਿੰਡੋ ਚੌਧਰੀ ਬੁਲਾਇਆ ਐ ਪੋਲਟਰੀ ਫਾਰਮ ਤੇ ਜਿਹੜਾ ਘਰ ਹੈ ਕੀ ਹੋ ਗਿਆ ਉਹਦੇ ਹੱਥ 'ਚ ਧੋਰ ਮੇ ਤੇ ਵੇਖ ਕੂੜਾ
ਨੋਟ ਤੇ ਵੇਖ ਨੱਥੀ ਓ ਕਿਹੜਾ ਨੱਥੀ ਕੂੜ ਕੀ ਕਹਿ ਰਿਹਾ ਤੂੰ ਓ ਤੇਰਾ ਜੋ ਹਿੱਸਾ ਬਣੇਗਾ ਵਿੱਚੋਂ ਕੱਢ ਲਾਂਗੇ ਸ਼ਟ ਅਪ ਚਲੋ ਠੀਕ ਹੈ ਬਈ ਮਾਰ ਭੁੱਖਾ ਦੇ ਨਾਲ ਸਾਨੂੰ ਵੀ ਮਾਰ ਉੱਚੀ ਨਾ ਬੋਲ ਸਾਲਿਆ ਕੱਲ ਵੀ ਤੇਰੀ ਵਿੱਥ ਨਿਕਲ ਗਈ ਸੀ ਚੱਲ ਬਾਹਰ ਓ ਨਹੀਂ ਮੈਂ ਸਮਝਾਉਣਾ ਬਾਹਰ ਚੱਲ ਆਸ ਤੀਨ ਕੇ ਕੁੱਤੇ ਤੇਰੀ ਮਾਂ ਨੂੰ ਕਿਹਾ ਬੱਚਾ ਜੰਮੂ ਨੀ ਅਦਰਕ ਜੰਮ ਕੇ ਸਲਾਮ ਲਿਖ ਭਾਜੀ ਚੌਧਰੀ ਹੈਗਾ ਵਾ ਪਰ ਨੱਥੀ ਹੋ ਜਾ ਗੁੰਗਾ ਹੋ ਜਾ ਦੇਵ ਓ ਬੇਵ ਤੇਈ ਭੈਵ ਤੇਰੀ ਜ਼ੁਬਾਨ ਲੱਗਣ ਲੱਗੀ ਸੀ ਲੇਕਿਨ ਤੂੰ ਨੱਸ ਗਈ ਕੋਈ ਕੇਕ ਵਾਲਾ ਵੀ ਬੰਦਾ ਹੁੰਦਾ ਤੂੰ ਹਰ ਜਾਂ ਤੇ ਸਲਫ ਹੀ ਮਾਰੀ ਜਾਂਦਾ ਸੌਰੀ ਮੈਂ ਤੁਮਸੇ ਪਿਆਰ ਕਰਤਾ ਹੂੰ ਨਿਕਾਲੋ ਇਸਕੋ ਬਾਹਰ ਤੁਮੇ ਖਰੀਦ ਲੇਂਗੇ ਹਮ ਲੋ ਲੈ ਲੈਂਦੀ ਹੈ ਜੁੱਤੀਆਂ ਤੋਂ ਸਾਮੀ ਐਕਸਕਿਊਜ਼ ਮੀ ਮੇਰੇ ਪਾਸ ਨਾ ਪਿਆਰ ਕਰਤੀ ਹੂੰ ਮੈਂ ਉਸਸੇ ਪਿਆਰ ਉਸਸੇ ਕਰੋ ਲੇਕਿਨ ਬੱਚੇ ਮੁਝੇ ਚਾਹੀਏ ਕੀ ਬਕਵਾਸ ਹੈ ਸਭ ਚੁੱਪ ਕਰੋ ਕਬਰ ਕੇ ਵਿੱਚੂ ਵੈਸੇ ਤੂੰ ਜੰਮਿਆ ਸੀ ਜਾਂ ਤੇਰੀ ਮਾਂ ਨੇ ਕੰਮ ਸਿੱਖਿਆ ਸੀ ਜਦੋਂ ਇਹ ਜੰਮੇ ਇਹਦੀ ਵਾਲਦਾ ਨੇ ਗਾਣਾ ਗਾਇਆ ਕਿਹੜਾ ਜੀ ਸਾਰੇ ਮਹੱਲੇ ਦੀ ਗਲਤੀ ਆਪਣੇ ਨਾਵੇਂ ਲਾਈਏ ਸੜਦੇ ਗਈਆਂ ਪਰ ਚਸ ਬੜੀ ਆਈਏ ਆ ਮੇਰੀ ਮਾਂ ਨੇ ਗਾਣੇ ਗਾਏ ਜਦੋਂ ਇਹ ਜੰਮਣ ਵਾਲਾ ਸੀ ਇਹਦੀ ਮਾਂ ਨੇ ਮਿਲੀ ਨਗਮੇ ਗਾਏ ਨਾਲ ਮੰਜੀ ਦੀਆਂ ਦੋਨਾਂ ਫੜ ਕੇ ਆ ਚਸ ਪਾ ਜਨੂਨ ਤੋ ਹਿੰਮਤ ਨਹਾ ਹਾਜੀ ਇਹਦਾ ਮਤਲਬ ਹੈ ਤੁਹਾਡੇ ਦੋਵਾਂ ਦੀਆਂ ਮਾਵਾਂ ਮਸ਼ਟੰਡੀਆਂ ਔਰਤਾਂ ਹੀ ਨੇ ਯੂ ਆਰ ਰਾਈਟ ਜੇ ਅਜੇ ਵੇਲੀਆਂ ਨੇ ਤੇ ਮਹਾਜੀ ਦੇ ਮੱਥੇ ਲਾ ਕੋ ਕੰਮ ਧੰਦੇ ਤੇ ਲਾ ਦਈਏ ਚੱਲ ਅੰਦਰ ਬਾਹਰ ਕੜੇ ਤੇ ਬਾਤ ਕਰੋ ਤੇ ਸਾਥ ਤੂੰ ਇਹ ਨੱਕ ਚ ਕੀ ਪਾਈ ਨਥਲੀ ਪਹਿਨੀ ਹੋਈ ਹੈ ਤੇਰੀ ਵੇ ਕੀ ਹੈ ਮੈਂ ਤੁਮੇ ਬਾਬਾ ਮਾਰੂੰਗਾ ਹਾਂ ਕੀ ਬਦਤਮੀਜ਼ੀ ਕੀ ਨੱਕ ਚ ਨਥਲੀ ਪਾਈ ਹਾਂ ਤੋ ਪਹਿਨੀ ਹੈ ਅੰਗਰੇਜ਼ਨੀਆਂ ਦੀ ਕਾਪੀ ਕਰਦੀ ਹੋ ਸਾਰੀਆਂ ਜਿੱਥੇ ਉਹ ਪਉਂਗੀਆਂ ਉੱਥੇ ਪਾਓ ਜਰਾ ਬਤਾ ਨਾ ਵੋ ਕਹਾਂ ਪੇ ਡਾਲਤੀ ਹੈ ਉਹ ਪੌਂਦੀਆਂ ਇੱਥੇ 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 ਬਾਕੀ ਕੇਬਲ ਲੱਗੀ ਸਾਰਿਆਂ ਨੂੰ ਪਤਾ ਕਿਰਨ ਆਪਕਾ ਇਹ ਕੀ ਹੋ ਰਿਹਾ ਤੁਹਾਡੇ ਘਰ ਮੇ ਮੈਂ ਸਮਝ ਨਹੀਂ ਆ ਰਹੀ ਬਜ਼ਾਰੀ ਇਸ਼ਕ ਕਰਕੇ ਅੰਨਾ ਹੋ ਗਿਆ ਪਾਗਲ ਹੋ ਗਿਆ ਵਾ ਕੀ ਕਹਿ ਰਹੇ ਹੋ ਤੁਮ ਤੁਮਨੇ ਇੱਕ ਤਵਾਇਫ ਜ਼ਾਦੀ ਕੇ ਸਾਥ ਸ਼ਾਦੀ ਕਰ ਲਈ ਉਹ ਫੇਰ ਕੀ ਇਹ ਤਵਾਇਫਣਾ ਵਿਆਹ ਕਰ ਲਿਆ ਸਿਆਣੇ ਕਹਿੰਦੇ ਚੱਲਦਾ ਪਾਣੀ ਪਾਕ ਹੁੰਦਾ ਹੈ ਓਏ ਮੁਝੇ ਤੋ ਆਪ ਪਤਾ ਚਲਾ ਤੂੰ ਦੱਲੇ ਹੋ ਲੋ ਦਸੋ ਲੜ ਇੱਜ਼ਤ ਦੀ ਹੈ ਕਿਰਨ ਇਹ ਤਾਂ ਚੋਇਆ ਵਾਲੀ ਕਿਹੜੀ ਗੱਲ ਹੈ ਸ਼ੋਭਾ ਵਾ ਮੁੱਕਰ ਸਕਦੇ ਹੀ ਨਹੀਂ ਕਿਰਨ ਤਮੀਜ਼ ਤੇ ਬਾਤ ਕਰੋ ਤੁਮ ਲੋਕ ਕੰਜਰ ਹੋਤੇ ਹੋ ਉੱਠ ਠਹਿਰ ਜਾ ਕੰਜਰ ਹੋਤੇ ਹੋ ਤੇ ਜਿਹੜਾ ਤੁਸੀਂ ਇੱਥੇ ਕਰਦੇ ਹੋ ਤੁਹਾਨੂੰ ਟੀਪੂ ਸੁਲਤਾਨ ਕਹਿੰਦੇ ਨੇ ਕਿਰਨ ਪਲੀਜ਼ ਮੈਂ ਤੁਮਸੇ ਬਾਤ ਕਰਤੋ ਅੰਦਰ ਚਲੋ ਕੀ ਬਾਤ ਕਰੋਗੇ ਤੁਮ ਮੇਰੇ ਸਾਥ ਸ਼ਾਦੀ ਤੁਮਨੇ ਕਹਾ ਥਾ ਮੈਂ ਤੁਹਾਰੇ ਸਾਥ ਕਰੂੰਗਾ ਮੇਰੇ ਸਾਥ ਪਿਆਰ ਕੀਆ ਗਲਤੀ ਹੋ ਗਈ ਹੈ ਮੁਸਾ ਤੁਮ ਅੰਦਰ ਚਲੋ ਨਾ ਇਹ ਕੈਸੀ ਗਲਤੀ ਹੋ ਗਈ ਤੁਮਸੇ ਪਿਆਰ ਮੇਰੇ ਸਾਥ ਵਾਦੇ ਮੇਰੇ ਸਾਥ ਔਰ ਸ਼ਾਦੀ ਇੱਕ ਤਵਾਇਫ ਕੇ ਸਾਥ ਨਾ ਮੇਰਾ ਕਾਕਾ ਨਾ ਮੇਰਾ ਕਾਕਾ ਆ ਜਾ ਜੀ ਓਏ ਹੋਏ ਡਰ ਹੁਣ ਚੜਿਆ ਤੈਨੂੰ ਇਹਦੇ ਕੋ ਬਦਲਾ ਲੈ ਬਦਲਾ ਕਿਵੇਂ ਲੂੰ ਇਹਦੇ ਸਾਹਮਣੇ ਚੌਧਰੀ ਫਸਾ ਆ ਮੇਰੇ ਨਾਲ ਤੈਨੂੰ ਮਸ਼ਵਰੇ ਦੇ ਕਿਹੜੇ ਮਸ਼ਵਰੇ ਨਾ ਦੇ ਤੇ ਜਾ ਅੰਦਰ ਮੇਰੀ ਇਸ ਘਰ 'ਚ ਜਵਾਨ ਪੈਣ ਵੀ ਰਹਿੰਦੀ ਹੈ ਅੱਛਾ ਕਿੱਥੇ ਆ ਮੇਰੇ ਕੋ ਤੇ ਗਾਹ ਕੀ ਬਾਤ ਆ ਬਸ ਤਮਨ ਮੇਰੇ ਕਹਿਣ ਦਾ ਮਤਲਬ ਕੀ ਆ ਬਣਾ ਕੇ ਰੱਖ ਲਿਆ ਤੁਮਨੇ ਆਪਣੇ ਘਰ ਕੋ ਆਈ ਐਮ ਸੌਰੀ ਮੈਂ ਸਾ ਸਕੂਨ ਮੇਰਾ ਖਤ ਬੁਦਾ ਬਹਿ ਗਿਆ ਮੈਂ ਤੁਹਾਨੂੰ ਸਮਝਾ ਦੋ ਕੀ ਪਲੀਜ਼ ਸਮਝਣ ਦੀ ਕੋਸ਼ਿਸ਼ ਕਰ ਕੇ ਗਏ ਨੌਕਰ ਇਹ ਮੰਨੋ ਨਾ ਮੰਨੋ ਤੁਹਾਨੂੰ ਇਹਨਾਂ ਨੇ ਲੱਗੀ ਬੁੱਢੀ ਦੇ ਦਿੱਤੀ ਹੈ ਕੀ ਉਹ ਕਿਉਂ ਚਲਾ ਜਾ ਕਿਉਂ ਚਲਾ ਜਾ ਇਸ ਘਰ ਦੇ ਚੋਂ ਮੈਂ ਘਰ ਦਾ ਮਾਲਕ ਹਾਂ ਮੇਰਾ ਪੁੱਤਰ ਮਾਲਕ ਹੈ ਕੀ ਹੋਇਆ ਕਹਿੰਦੀ ਹੈ ਤੂੰ ਨਿਕਲ ਜਾ ਕੌਣ ਕਹਿੰਦੀ ਹੈ ਤੇਰੀ ਬੀਵੀ ਕਹਿੰਦੀ ਹੈ ਕੀ ਕਹਿੰਦੀ ਹੈ ਤੂੰ ਨਿਕਲੋ ਉਤੋਂ ਤੇ ਨਿਕਲ ਜਾ ਉਹ ਕੈਂਡੀ ਹੁਣ ਹੁਕਮ ਉਹਦਾ ਚੱਲਣਾ ਕਰਦੀ ਮਾਲਕਨ ਓਏ ਅਮੀ ਅੱਬੂ ਕੱਲਾ ਜਾਂਦਾ ਬੁਰਾ ਲੱਗਦਾ ਤੂੰ ਵੀ ਨਾਲ ਚਲੀ ਜਾ ਤੇ ਦੋਵੇਂ ਲਕਸ਼ਮੀ ਚੌਂਕ ਜਾ ਕੇ ਖਲੋ ਜਾ ਜਾ ਪੁੱਤਰਾ ਵਾ ਉਹ ਪੈਸਾ ਆਂਦੇ ਨਾਲ ਹੀ ਅੱਖਾਂ ਬਦਲ ਨਹੀਂ ਗਈ ਉਹ ਜਿਸ ਤਰ੍ਹਾਂ ਸਾਨੂੰ ਤੂੰ ਧੱਕੇ ਦੇ ਦਿਆ ਮੈਂ ਤੇ ਤੈਨੂੰ ਬਦਦੁਆ ਵੀ ਨਹੀਂ ਦੇ ਸਕਦਾ
ਕਿ ਕੱਲ ਤੇਰੀ ਔਲਾਦ ਤੈਨੂੰ ਧੱਕਾ ਦੇਵੇ। ਉਹ ਮੈਂ ਤਾਂ ਪਿਓ ਆ, ਮੈਂ ਤਾਂ ਸਹਿ ਲਿਆ। ਉਹ ਪੁੱਤਰ ਤੂੰ ਨਹੀਂ ਸਹਿ ਸਕੇਗਾ, ਤੂੰ ਨਹੀਂ ਸਹਿ ਸਕੇਗਾ। ਉਹ ਸਿਆਣੇ ਸੱਚ ਕਹਿੰਦੇ ਨੇ, ਪੁੱਤਰ ਕਬੂਤਰ ਤੇ ਹੋ ਸਕਦੇ ਨੇ ਪਰ ਮਾਪੇ ਕਮਾਪੇ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਹੈਲੋ ਐਸਐਨ ਫੋਟੋਗ੍ਰਾਫ, ਉਹ ਯਾਰ ਮੈਂ ਤੈਨੂੰ ਫਾਈਲ ਦੇ ਕੇ ਗਿਆ, ਬੌਸ ਨੂੰ ਪਹੁੰਚਾਣੀਆਂ ਨੇ। ਮੈਂ ਆਇਆ ਇੱਕ ਮਿੰਟ, ਜਰਾ ਪਤਾ ਨਹੀਂ ਸਮਝ ਨਹੀਂ ਆਇਆ, ਐਸਐਨ ਵੀ ਪਾਗਲ ਹੋ ਗਿਆ। ਚੰਗਾ ਕੀਤਾ ਐਤਕੀ ਬੱਜੇ ਲੈ ਆਇਓ, ਨਹੀਂ ਤੇ ਪਿਛਲੀ ਵਾਰੀ ਤੇ ਤੁਸੀਂ ਲੱਖ ਰੁਪਏ ਦੇ ਠੀਪਾ ਹੀ ਲੈ ਆਇਆ ਸੋ। ਮੈਨੂੰ ਤਾਂ ਸਮਝ ਨਹੀਂ ਆਉਂਦੀ ਟਵਾਣਾ ਸਾਹਿਬ, ਤੇ ਤੁਸੀਂ ਆਪਣੀ ਮਾਲਦਾ ਨੂੰ ਖਰਚਾ ਕਿਵੇਂ ਦਿੰਦੇ ਹੋ? ਲੰਮੇ ਲੰਮੇ ਵਾਲ ਸਿਰ ਦੇ ਦੁਲਫਾ, ਬੱਚੀ ਨੇ ਵਾਲਾਂ ਨਾਲ ਨਾ ਛੁਰੀਆਂ ਲਾਈਆਂ ਨੇ, ਜਿਹੜਾ ਤਮਾਸ਼ ਵੀ ਨੋਟ ਨਾ ਸੁੱਟੇ ਨਾ ਮਾਰ ਕੇ ਇਸ਼ਾਰਾ ਕਰ ਦਿੰਦੀ ਹੈ। ਕੀ ਕਹਨੇ ਹੋਰ ਕੋ ਵੈਰਾਈਟੀ? ਮੈਂ ਕਹਿਣਾ ਵਾ ਕਿ ਗੋਰਾ ਚਿੱਟਾ ਰੰਗ ਹੈ। ਕੀ ਬਾਤ, ਜਦੋਂ ਪਾਣੀ ਪੀਂਦੀ ਆ ਗਲੇ ਚੋਂ ਲੰਘਦਾ ਨਜ਼ਰ ਆਉਂਦਾ। ਕਿਉਂ ਗਲਾ ਪਾਟਾ ਹੈ? ਧੋਖਾ ਲਾ ਨਹੀਂ ਮੈਨੂੰ। ਤੁਹਾਨੂੰ ਬੱਚੀ ਚਾਹੀਦੀ ਕਹਿੰਦੀ ਟਵਾਣਾ ਸਾਹਿਬ, ਹੁਕਮ ਕਰੋ। ਲੰਮੀ 0 ਮੀਟਰ ਇਹ ਲਾਹੌਰੇ, ਇੱਥੇ 0 ਮੀਟਰ ਤੇ ਤੁਹਾਨੂੰ ਆਪਣੇ ਘਰੋਂ ਨਹੀਂ ਲੱਭਣੀ। ਮੈਂ ਉੱਚੀ ਲੰਬੀ ਸਰੂ ਜਿੱਡੀ ਬਈ, ਇੱਥੋਂ ਆ ਕੇ ਫਿਕਰ ਆਉਂਦਾ ਹੈ। ਅੱਛਾ ਤੇ ਦੱਸਿਆ ਹੀ ਨਹੀਂ, ਚੱਲ ਦੱਸ ਇੱਥੋਂ ਆ ਕੇ ਬਈ ਇੱਥੋਂ ਵਾਹ ਵਾਹ। ਇਹ ਬੱਚੀ ਦਾ ਕੱਦ ਵੇਖੋ, ਇਹੋ ਜਿਹੀ ਲੱਤ ਮਾਰ ਕੇ ਤਮਾਸ਼ ਵੀ ਇੱਧਰ ਵੇਖੋ, ਇੱਥੋਂ ਇਹ ਕਿਹੜੀ ਠੀਕ ਹੈ ਬੱਚੀ? ਹਾਂ ਬੱਚੀ ਦੱਸਣ ਡੇ ਆ, ਦੱਸ ਵੇਖੋ ਇੱਥੋਂ ਤੁਸੀਂ ਸਾਰੇ ਬੱਚੀਆਂ ਛੱਡ ਕੇ ਹਾਜੀ ਦੇ ਪਿੱਛੇ ਹੀ ਹੋ। ਹਾਜੀ ਤੂੰ ਹੈ ਬੜਾ ਸੋਹਣਾ, ਯਕੀਨ ਕਰ। ਗੱਲ ਇਹ ਆ ਕਿ ਬੱਚੀ ਇਹ ਹਾਂ ਉਹ ਬੱਚੀ ਜਿਹੜੀ ਆ ਨਾ, ਆਇਓ ਤੁਸੀਂ ਆਇਓ। ਕੀ ਹੈ ਟਵਾਣਾ ਸਾਹਿਬ? ਬਾਬਾ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਕਿੰਜ ਕਿੰਜ ਦੀ ਬੱਚੀ ਹੈ। ਹਾਜੀ ਸਾਹਿਬ ਬਜਟ ਕਰਾਈ ਤੇ ਹੈ ਕੋਈ ਨਹੀਂ, ਤੁਸੀਂ ਉਹ ਸਾਰੇ ਚੱਲ ਗੁੱਟ ਕੇ। ਮੈਂ ਆ ਪੈਸਾ ਕੰਮ ਆਇਆ, ਪੁੱਤਰ ਉਹ ਸ਼ਾਲੀ ਮਾਰਸੀ ਮਹਿਫਲ ਹੈ ਆਇਆ। ਅੱਛਾ ਅਗੇ ਆ ਤਮਾਸ਼ੀ ਵੀ ਆ, ਪੈਸੇ ਇੱਥੋਂ ਮਿਲਣਗੇ, ਤੈਨੂੰ ਕਿਉਂ ਘਬਰਾ ਗਿਆ? ਉਹ ਨਹੀਂ ਕਰਦਾ ਮੈਂ, ਤੇਰਾ ਢੋਲ ਕਿੱਥੇ ਵਿਆ? ਤੂੰ ਪਹਿਨ ਚੋਣੀ ਮੈਂ ਕਾਣੀ ਐ ਤੁਰੇ ਆ, ਇਹ ਪਹਿਲਾਂ ਕੰਮ ਦਾ ਹੀ ਆ। ਚੌਧਰੀ ਐ ਕਰਦੇ ਆ, ਇਹ ਕੌਣ ਐ? ਕੌਣ ਇਹ? ਵੀ ਤਮਾਸ਼ ਵੀ ਮਲਕ ਪਹਿਲੇ ਗਿਆ ਪਹਿਲੇ ਇੱਥੇ ਰੱਖੇ। ਹਾਂ ਚੰਗੀ ਗੱਲ, ਜਿੱਥੇ ਦੀ ਕਮਾਈ ਉੱਥੇ ਰੱਖਣਾ।
ਓਏ ਅੱਬੇ ਦੇ ਪੈਸੇ ਟੋਲ ਲੈਣ ਆਇਆ। ਅੱਛਾ ਤੇ ਇਨਸ਼ਾਅੱਲਾ ਜਾਣ ਵਾਲਾ ਵੇਲੇ ਨਾ ਤੂੰ ਹੱਥੇ ਨਾਲ ਨਲਕਾ ਲੈ ਕੇ ਜਾਏਗਾ। ਵੇਖੋ ਚੋਰੀ ਸਾਹਿਬ ਤੁਸੀਂ ਇੱਧਰ ਬਹਿ ਜਾਓ, ਟਵਾਣੇ ਸਾਹਿਬ ਤੁਸੀਂ ਉੱਧਰ। ਓਏ ਕੌਣ ਹੈ ਟਵਾਣਾ? ਟਵਾਣਾ ਵਾ ਓਏ ਭਾਈ, ਤੂੰ ਟਵਾਣਾ ਜੀ? ਤੇ ਵਾਲਾ ਹੈ ਕਿ ਯੇ ਵਾਲਾ? ਤੇ ਵਾਲਾ। ਇਹ ਤੇ ਟਵਾਣਾ ਵਾ, ਤਾਲ ਦਿੱਤੋ ਜੀ। ਓਏ ਆ ਕੀ ਆ? ਕੀ ਹੋਇਆ? ਆ ਕੀ ਆ? ਇਹ ਵਾਜਿਆ ਆਪਾਂ ਤੋਂ ਵੇ ਰੁੱਸ ਬੈਠੇ ਤਾਂ ਮਨਾਉ ਕੌਣ ਵੇ? ਵਾਹ ਵਾਹ, ਜੇ ਮੈਂ ਕੱਢ ਲੈ ਆਵਾਜ਼ਾਂ ਤੇ ਵਜਾਉ ਕੌਣ ਵੇ? ਜੇ ਮੈਂ ਖਾ ਲਈ ਅਫੀਮ ਤੇ ਸੁਆਉ ਕੌਣ ਵੇ? ਹਾਜੀ ਮਰ ਗਿਆ ਤੇ ਮੈਂ ਕਿਹਾ ਜੀ ਤੁਹਾਨੂੰ ਆਵਾਜ਼ਾਂ ਵੱਜਦਾ? ਹਾਂਜੀ ਵੱਜਦਾ, ਤੁਹਾਨੂੰ ਨਹੀਂ ਪਤਾ ਕਿਵੇਂ ਵੱਜਦਾ? ਕਿਵੇਂ ਵੱਜਦਾ? ਇੱਥੇ ਹੱਥ ਰੱਖੋ। ਆ ਲਈ ਇਹ ਵੱਜਦਾ। ਹਾਜੀ ਇਹ ਆ ਗਿਆ, ਤੁਹਾਨੂੰ ਵੱਜਦਾ। ਕੀ ਬਾਤ ਹੈ, ਆ ਗਿਆ। ਮਾਸ਼ਾਅੱਲਾ, ਭੈਣ ਭਰਾ ਨੂੰ ਇੱਕੋ ਹੀ ਬਿਮਾਰੀ ਆ। ਉਹ ਵੀ ਚੀਕਾ ਮਾਰੀ ਜਾਂਦਾ, ਇਹ ਵੀ ਚੀਕਾ। ਉਹ ਇਹਦੀ ਸੀਟ ਦੇ ਉੱਤੇ ਕੋਈ ਉਂਗਲ ਤੇ ਨਹੀਂ ਭੁੱਲ ਗਿਆ? ਨਹੀਂ ਨਹੀਂ ਸਾਦਾ ਹੀ ਆਓ। ਹਾਜੀ ਸਾਹਿਬ। ਹਾਂ ਮੇਰਾ ਬੱਚਾ। ਹਾਜੀ ਸਾਹਿਬ। ਹਾਂਜੀ ਪੁੱਤਰ ਆਏ। ਮੈਂ ਨਹੀਂ ਬੋਲਦੀ। ਤੋਹਫੇ ਹਾਜੀ ਸਦੀਕ ਦੇ ਤੋਹਫੇ। ਆ ਹਾਜੀ ਵੇ ਬਈ, ਜੀ ਵੇ ਬਈ। ਓਏ ਅੱਜ ਹਾਜੀ ਦੀਆਂ ਇੱਜ਼ਤਾਂ ਵਧਾਉਣ ਵਾਲੀਆਂ ਤੇਰੀ ਖੈਰ। ਆ ਕਹਨੇ ਕੀ ਆਇਆ ਹੈ? ਦੇਖ ਤੇ ਸਹੀ ਟਵਾਣੇ ਇੱਧਰ ਭੇਜ। ਆ ਭੇਜ ਦਿੰਨੇ ਆ, ਵੇਖ ਤੇ ਸਹੀ ਕੀ ਕਿਹਾ ਮੇਰਾ ਪੁੱਤਰ। ਮੈਂ ਨਹੀਂ ਬੋਲਦੀ। ਹਾਜੀ ਓ ਹਾਜੀ, ਉਹ ਤੈਨੂੰ ਕਿਹਾ ਜਨਾਨੀ ਮੰਗਾ, ਤੂੰ ਮੈਂ ਮਹਿਰਾਨ ਗੱਡੀ ਮੰਗਾ ਲਈ ਹੈ। ਹੈਲੋ ਰਾਮ ਨਾਲ ਮਹਿਰਾਨ ਗੱਡੀ ਮੰਗਾ ਲਈ ਹੈ? ਕੌਣ ਜਾਣਦਾ ਨਹੀਂ ਮੈਨੂੰ ਇਸੀ ਰਹਿ ਰਿਹਾ। ਅੱਛਾ ਗੱਡੀ ਮਹਿਰਾਨ ਹੈ, ਬੰਪਰ ਵੀਕੋ ਡਾਲਨੇ ਦੇ ਲਵਾਏ ਨੇ। ਪੁੱਤਰ ਬੰਪਰ ਵਾਲੀ ਧਿਆਨ ਹੈ, ਹੈਡਲਾਈਟਾਂ ਵੀ ਟਰੈਕਟਰ ਦੀਆਂ ਲੱਗੀਆਂ ਨੇ। ਕਿਆ ਕਹਿ ਰਹੇ ਨੋ? ਇੱਧਰ ਲਿਆ, ਇੱਧਰ ਆ ਮੇਰਾ ਬੱਚਾ, ਇੱਧਰ ਆ। ਹਾਜੀ ਸਾਹਿਬ। ਹਾਜੀ। ਮੈਂ ਨਹੀਂ ਬੋਲਦੀ। ਮੈਂ ਬੋਲੀ ਆਵਾਂਗਾ। ਕਿਵੇਂ 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 ਕਿਵੇਂ? ਮੈਂ ਬੋਲੀ ਆਵਾਂਗਾ। ਬਸ ਤੂੰ ਬੋਲੀ ਜਾ, ਫਾਦਰ ਉਹ ਫੜ ਜਾ। ਅਜਾ ਟਵਾਣੇ ਬੋਲੀ ਜਾ, ਜਾਂਦੇ ਕਿਰਾਇਆ ਲੈ ਲਈ। ਅੱਛੀ ਬਾਤ ਹੈ, ਗੱਲਾਂ ਨਹੀਂ ਗੱਲਾਂ ਬਈ। ਆ ਜਾਓ ਵੀ, ਜਿਹਨਾਂ ਜਿਹਨਾਂ ਸਿਮ ਤਸਦੀਕ ਕਰਾਉਣੀ ਹੈ। ਵੈਸੇ ਗੱਲ ਕੀਤੀ ਹੈ, ਬਾਕੀ ਹੈ ਹੈ ਪਿੱਛੋ ਖਾਨਦਾਨੀ। ਅਲਹਮਦੁਲਿਲਾ, ਪਿੱਛੋ ਬਾਬਾ ਵੱਡੇ ਕਬੀਲੇ ਦੇ ਤੁਸੀਂ। ਹਾਂ ਵੱਡਾ ਕਬੀਲਾ ਤੁਹਾਡਾ ਕਾਫੀ। ਅੱਲਾ ਚਾਰ ਪੈਸੇ ਇਸ ਲਈ ਦੇਵੇ ਤੇ ਤੁਹਾਡੇ ਕਬੀਲੇ ਦਾ ਚੱਕਰ ਲਾਈਏ। ਥੋੜੇ ਬਹੁਤੀ ਪੈਸੇ ਨਹੀਂ, ਵਾਵਾ ਪੈਸੇ ਹੋਣੇ। ਅਸੀਂ ਪਾਕਿਸਤਾਨੀ ਆ, ਪੈਸੇ ਨਾ ਵੀ ਬੰਨਣ ਤੇ ਨਾਲ ਬੰਦੇ ਰਲਾ ਲਈਦੇ ਨੇ। ਇਸ ਕੰਮ 'ਚ ਤੇ ਹਰ ਬੰਦੇ ਨੇ ਮੇਰੇ ਨਾਲ ਰਲ ਜਾਣਾ। ਚੱਲ ਜੇ ਤੂੰ, ਅਸੀਂ ਤੇਰੇ ਨਾਲ ਆ। ਚੋਰੀ, ਇਸ ਕਬੀਲੇ ਦਾ ਚੱਕਰ ਲਾਉਣ ਵਾਸਤੇ ਤੈਨੂੰ ਸਮਣਾ ਬਾਦ ਵੱਲ ਦੀ ਆਉਣਾ ਪੈਣਾ। ਉੱਥੇ ਆ ਕੇ ਦੋ ਗੋਲ ਚੱਕਰ ਕਰਾਸ ਕਰੇਗਾ। ਜੀ ਪਿੱਛੇ ਹੋ ਜਾ, ਲੱਖ ਲਾਨਤ ਕਿੱਡਾ ਤੇਰਾ ਕਰਦੇ ਨਿਕਾ ਲੈ ਗਏ। ਉਹਨੇ ਆ ਫਿਰ ਟਿੱਕਾ ਜੀ ਨਾਲ ਨਾਲ ਤੋਰੀ ਜਾ ਸਾਂ। ਮੈਡਮ ਉਹ ਬੀਬੀ ਸਾਹਮਣੇ ਤੇ ਆਈਏ ਕਿ ਤੈਨੂੰ ਗੈਸ ਹੋਈ ਏ? ਵੇਖੀ ਪੁੱਤਰ ਆਪ ਹੀ ਗੱਲੇ ਚ ਜਾਣਗੇ। ਮੇਰੇ ਨਾਲ 500 ਚਲਾ ਗਿਆ। ਰਕਸ਼ਾ ਕਰਾ ਲੈ ਭਾਈ, ਬੜੀ ਗੱਲ ਹੈ ਕੁੜੀ ਦੇ ਉੱਤੇ ਨੋਟ ਸਿੱਟਣ ਮੈਨੂੰ ਕਮਰਾ ਵਿਖਾ ਤੇਰਾ ਸੋ ਬਣੇ। ਇਹਦੇ ਵਾਲਾਂ ਨੂੰ ਇੰਨੀ ਅੱਗ ਲੱਗੀ, ਇਹਦੇ ਜਜ਼ਬਾਤਾਂ ਦੇ ਟੌਂਸਲ ਪੱਟਣ ਵਾਲੇ ਹੋਣਗੇ। ਓਏ ਅਸੀਂ ਤੈਨੂੰ ਪ੍ਰੈਸ ਨਾਲ ਖਰੀਦ ਕੇ ਲੈ ਕੇ ਜਾਣਾ ਨੇ। ਅੱਛਾ ਲੈ, ਬੋਲੀ ਲੈ ਜੂ ਲੱਗ ਜਾਏਗਾ ਪਤਾ। ਓਏ ਬੋਲੀ ਲਾ ਸਾਡੇ ਸਾਹਮਣੇ, ਹਾਂ ਜੇ ਅਸੀਂ ਵੱਡੀ ਬੋਲੀ ਦੇ ਸਕੇ ਤੇ ਅਸੀਂ ਲੈ ਜਾਵਾਂਗੇ। ਬੋਲੀ ਲਾਉਣੀ ਹੈ ਇਹ ਟਵਾਣਾ ਟਵਾਣਾ ਮੈਂ ਬੈਠ ਗਿਆ ਟਵਾਣ ਦਾ ਮਾਲਕ ਮਲਕ ਰਿਆਜ਼। ਆਹ ਹਾ ਹਾ, ਹੈ
ਹਾਂ ਜੀ ਆ ਗਿਆ ਮੂੰਹ ਚ ਪਾਣੀ ਹਾਂ ਆ ਗਿਆ ਫਿਰ ਦਫਾ ਤੇ ਤੁਸੀਂ ਕੌਣ ਹੋ ਮੈਂ ਮੀਆਂ ਮਨਛਾ ਅੱਛਾ ਐਮਸੀਬੀ ਤਿੰਨ ਤਿੰਨ ਦਿਨ ਬੰਦ ਏਟੀਐਮ ਯੂਬੀਐਲ ਚ ਮਾਰੋ ਅੱਛਾ ਓਏ ਪੈਸੇ ਨਾ ਖਰੀਦਾਂਗੇ ਸੋਨੀਏ ਹਾਂ ਓਏ ਅਸੀਂ ਵੱਡਿਆਂ ਦੀ ਇੱਜ਼ਤ ਕਰਨ ਵਾਲੇ ਆ ਅੱਛਾ ਔਰਤਾਂ ਦੇ ਪੈਸੇ ਸੁੱਟਣ ਦੇ ਸਾਲਿਓ ਨਹੀਂ ਤੇ ਤੁਹਾਡੀਆਂ ਫੈਮਿਲੀਆਂ ਨਾਰੋਵਾਲ ਠੇਕੇ ਤੇ ਸੰਘਾੜੇ ਪੁੱਟਦੀਆਂ ਦੋ ਦਿਨ ਚਲਾਵੇ ਤੀਸਰੇ ਦਿਨ ਨੱਚ ਕੇ ਕਿਸ਼ਤਾਂ ਦੇਣ ਡਈ ਸਾਡੇ ਕੋਲ ਬੋਲੀ ਮੰਗਾ ਬੋਲੀ ਲਾਵਾਂਗੇ ਤੇਰੀ ਬੋਲੀ ਮੰਗਾ ਕੀ ਜਾ ਪੁੱਤਰ ਬਾਹਰ ਪਾਉਂਦਾ ਵਾਲੇ ਕੋਲ ਪਈ ਆ ਚੁੱਕ ਲਿਆ ਏਡੇ ਸੋਹਣੇ ਹੀਰੇ ਦਾ ਮੁੱਲ ਨਹੀਂ ਤੂੰ ਮਾਰਕੀਟ ਚ ਕਦੀ ਤਮਾਸ਼ਬੀਨੀ ਕੀਤੀ ਨਹੀਂ ਇਹ ਗੱਲ ਤੈਨੂੰ ਪਤਾ ਹੀ ਨੀ ਕਿ ਇਸ ਹੀਰੇ ਦਾ ਮੁੱਲ ਕੀ ਹੋਣਾ ਚਾਹੀਦਾ ਇਸ ਹੀਰੇ ਦਾ ਮੁੱਲ ਇੱਕ ਗੋਲਡ ਲਿਫ ਦੀ ਡੱਬੀ ਤੇ ਨਾਲ ਮਾਚਸ ਨਾਲ ਕੈਚਪ ਦੀ ਪੂੜੀ ਸ਼ਵਾਰਮਾ ਨਹੀਂ ਹੋਣਾ 6 ਲੱਖ 6 ਵਧਾ ਪੁੱਤ 6 ਲੱਖ ਅਸਲੀ ਹਜ਼ਾਰ ਦੇ ਤੈਨੂੰ ਮੌਲਾ ਨੇ ਬਣਾ ਦੇ ਕਰੋੜਾਂ ਦੀ ਸਮਝਾਇਆ ਤੇਰਾ ਮੂੰਹ ਵੇਖਣ ਦੀ ਹੱਥ ਵੇਖਣ ਦੇ ਪੈਰ ਵੇਖਣ ਦੇ ਜਦੋਂ ਕੁਛ ਵਹਾਏਗੀ ਤੇ ਫਿਰ ਦੱਸ ਦਿਆਂਗੇ ਪੈਰ ਵੇਖਣ ਦੇ ਹੱਥ ਵੇਖਣ ਦੇ ਹੱਥ ਵੇਖਣ ਦੇ ਆ ਰੱਖ ਕਿਉਂ ਭਾਈ ਅੱਜ ਤੈਨੂੰ ਹਾਜੀ ਉਂਗਲ ਵਹਾਉਂਦਾ ਬਾਕੀ ਵੱਡੇ ਸਹੀ ਕਹਿੰਦੇ ਨੇ ਕੀ ਕਹਿੰਦੇ ਵੱਡੇ ਜਿਹਦਾ ਮੂੰਹ ਛੋਟਾ ਹੋਵੇ ਨਾ ਉਹਦੇ ਪੈਰ ਦੀ ਤਲੀ ਵੀ ਛੋਟੀ ਹੁੰਦੀ ਹੈ ਆ ਭਾਈ ਇਹ ਕਿਹੜੀ ਸਾਇੰਸ ਆ ਔਰ ਤੇ ਭੇਜਦੇ ਸੂਣ ਬੱਚਿਆ ਮੇਰੀ ਗੱਲ ਸੁਣ ਇਹਨਾਂ ਕੋ ਪੈਸੇ ਮੈਂ ਫੜ ਲਿਆ ਪੁੱਤਰ ਜਰਾ ਕੱਪੜੇ ਕੁਪੜੇ ਚੇਂਜ ਕਰ ਤਾਂ ਕਿ ਅੱਗੋਂ ਕੋਈ ਗੁਜਰੇ ਦਾ ਸਮਾਂ ਬਣਾਈਏ ਬੱਚਿਆ ਓਕੇ ਤੋਹਫੇ ਹਾਜੀ ਸਦੀਕ ਦੇ ਤੋਹਫੇ ਚੱਲ ਮੇਰਾ ਪੁੱਤਰ ਅੰਦਰ ਇਹਨੇ ਨਹੀਂ ਮੁੜਨਾ ਮੈਨੂੰ ਢੂਸ ਪਿਆ ਮੇਰਾ ਖੂਨ ਬਣੇ ਕੋਈ ਸਮਝ ਨਹੀਂ ਆਉਂਦੀ ਇਹ ਸਪਿਨਰ ਚ ਕੀ ਆ ਕੇ ਦੇਖਦੇ ਸਹੀ ਚੌਰੀ ਕੀ ਇੱਥੇ ਆ ਕੇ ਹੁੰਦਾ ਪੈਸੇ ਤੇ ਚਲੇ ਗਏ ਨੇ ਸਾਰੇ ਬਹਿ ਜਾ ਸੁਣੋ ਭਾਜੀ ਹਾਫ ਲੀਟਰ ਪੂਸਾ ਲਾ
ਇੱਥੇ ਇੱਕ ਮੰਜ਼ਿਲ ਹੋਰ ਪਵਾਓ ਭਾਜੀ। ਅੱਛਾ ਇੱਥੇ ਕੀ ਹੋ ਰਿਹਾ? ਹੱਥ ਨਾਲ ਹੀ ਹੋ ਰਿਹਾ ਜੀ, ਓਏ ਹੱਥ ਨਾਲ ਹੀ ਕੰਮ ਕਰੀ ਦੇ ਨੇ ਯਾਰ ਸਾਰੇ ਘਰ ਦੇ। ਨਾ ਮੇਰਾ ਫੀਕਾ ਜਲੰਧਰ ਤੇ ਫੜ ਕੇ ਕਰ ਦੂ ਅੰਦਰ। ਅੱਛਾ ਜੀ, ਹਾਂ ਫੜ ਕੇ ਕਰ ਦੇ, ਜਵਾਬ ਨਹੀਂ ਜਾਂਦਾ। ਮੇਰੇ ਕਹਿਣ ਦਾ ਮਕਸਦ ਹੈ ਕਿ ਇੱਥੇ ਕੀ ਹੋ ਰਿਹਾ? ਕੁਛ ਵੀ ਨਹੀਂ ਜੀ, ਮੈਂ ਤੇ ਹੰਡੀ ਪਕਾਣ ਡਿਆ ਅੰਦਰ, ਉਤੋਂ ਆ ਭਾਈ ਹਰੀ ਫੜ ਕੇ ਲਾਇਆ ਮੈਂ। ਸਾਨੂੰ ਮੱਲੇ ਨੇ ਸ਼ਿਕਾਇਤ ਕੀਤੀ ਹੈ ਕਿ ਸਾਡੇ ਮੱਲੇ 'ਚ ਮੁਜਰਾ ਹੋ ਰਿਹਾ। ਹੋ ਰਿਹਾ ਹੋਏਗਾ ਜੀ, ਮੇਰੇ ਦੇਣ 'ਚ ਨਹੀਂ ਹੈਗਾ ਜੀ। ਤੇਰਾ ਇਸ਼ਕ ਮੇਰੇ ਅੰਦਰ ਵੜਿਆ, ਤੇਰਾ ਇਸ਼ਕ ਮੇਰੇ ਅੰਦਰ ਵੜਿਆ, ਤੂੰ ਕਹੀ ਆ ਮੇਰੇ ਅੰਦਰ ਵੜਿਆ, ਮੇਰੇ ਅੰਦਰ ਵੜਿਆ। ਓਏ ਕੀ ਭਾਜੀ, ਕੀ ਬਕਵਾਸ ਹੈ? ਕੀ ਹੋਇਆ ਭਾਜੀ? ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਾਦੀ ਭਾਜੀ ਕਿ ਸਾਡੇ ਮੱਲੇ 'ਚ ਮੁਜਰਾ ਹੋ ਰਿਹਾ। ਅੱਛਾ ਹਾਂ, ਉਹ ਜੀ 12 ਵੀਆਂ ਤੇ ਹੁੰਦਾ ਜੀ। ਗੱਲ ਕਰੋ, ਤੇ ਤੂੰ ਇੱਥੇ ਕੀ ਕਰ ਰਿਹਾ ਓਏ? ਮੈਂ ਇੱਥੇ ਰੰਗ ਕਰਨ ਲਿਆ। ਗੱਲ ਕਰੋ, ਨਾਮ ਕੀ ਹੈ ਤੇਰਾ? ਦਲਾਵਰ। ਦਲਾਵਰ ਕਿਵੇਂ ਪੈਂਦਾ ਇਹਨੂੰ? ਭਾਵੇਂ ਭੈਣ ਨਾ ਪਾ ਲਓ। ਗੱਲ ਓਏ, ਮੈਂ ਤੈਨੂੰ ਭਲਾ ਕਿਉਂ ਨਹੀਂ ਮਾਰ ਰਿਹਾ? ਕਿਉਂ ਜੀ? ਤੂੰ ਟੋਪੀ ਪਾਈ ਹੈ, ਰਾਤੀ ਮੰਨਦਾ ਹੀ ਨਹੀਂ ਸੀ। ਮੈਂ ਸਾ ਗੱਲ ਕੀਤੀ ਹੈ, ਅੱਲਾਹ ਅਸਤਗਫਿਰ, ਅੱਲਾਹ ਕੀ ਕਰ ਰਿਹਾ? ਕੀ ਹੈ? ਮੈਂ ਤਾਂ ਰੋਟੀ ਮੋਤੀ ਖਾਧੀ, ਹਜ਼ਮ ਕਰ ਰਿਹਾ। ਮੈਂ ਸਰ ਤੁਹਾਨੂੰ ਕੁਛ ਕਿਹਾ ਨਹੀਂ? ਤੁਹਾਨੂੰ ਮੈਂ ਕਿਹਾ ਸੀ ਨਾ, ਮੈਨੂੰ ਨਾਲ ਲੈ ਕੇ ਜਾਓ, ਕਿਸੇ ਨੇ ਨਹੀਂ ਮੰਨਣਾ। ਉਹ ਤੁਸੀਂ ਸਾਰੀ ਬੁੱਧ ਬਾਜ਼ਾਰ ਵਾਲੀ ਬੋਲ ਦੋ। ਓਏ ਕੀ ਬਕਵਾਸ ਹੈ? ਕੀ ਮਜਬੂਰੀ ਹੋ ਸਕਦੀ ਹੈ, ਪੈਸੇ ਫੜੇ ਨੇ? ਇਹ ਤੇ ਮੈਂ ਆਪ ਫੜੇ ਨੇ ਜੀ, ਮੇਰੇ ਅਲੱਜ ਮੈਂ ਕਾਦਰੀ ਆ ਰਿਹਾ। ਔਰਤਾਂ ਦਾ ਖਹਿੜਾ ਛੱਡ ਦਿਓ, ਬੰਦੇ ਨੂੰ ਦੋ ਦਿਨ ਲੈ ਜਾਂਦੀਆਂ ਨੇ। ਮੇਰੇ ਨਾਲ ਮੇਰੇ ਪੀਰਾਂ ਦੇ ਮੇਲੇ ਤੇ ਚੱਲੋ, ਏਡਾ ਏਡਾ ਸੋਹਣਾ ਖੁਸਰਾ ਆਇਆ ਨਾ। ਬਗੈਰਤ, ਮੁਜਰੇ ਤੂੰ ਵੇਖਣਾ ਤਾਂ ਪੁਲਿਸ ਹਾਜੀ ਸਾਹਿਬ ਨੂੰ ਲੈ ਕੇ ਚੱਲੀ ਸੀ। ਬੇਸ਼ਰਮਾ, ਤੇਰੇ ਘਰ ਮਾਂ ਭੈਣ ਕੋਈ ਨਹੀਂ? ਮੁਜਰੇ ਵੇਖਣਾ ਬਗੈਰਤੀ ਬੰਦ ਕਰ ਦੇ। ਇਸ ਮੁਜਰੇ ਚ ਕੀ ਪਿਆ? ਓਏ ਜਿੰਨੇ ਵੀ ਪੈਸੇ ਵਾਲੇ ਲੋਕ ਸੀ, ਇਹ ਮੁਜਰਾ ਵੇਖ ਵੇਖ ਗਰੀਬ ਹੋ ਗਏ ਨੇ। ਛੱਡ ਦੇ ਮੁਜਰਾ। ਮੇਰੀ ਗੱਲ ਸੁਣੋ, ਤੁਸੀਂ ਗਲਤ ਸਮਝ ਰਹੇ ਹੋ। ਛੱਡ ਫੜਾ, ਅੱਗੋਂ ਕਿੰਨਾ ਗਲਤ ਮੁਜਰੇ ਦੇਖਿਆ? ਬੇਗੈਰਤ ਚੱਠੂ ਅਤੇ ਕਮ ਕਮੀਨੇ ਜਲੀਲਾ ਫੀਨੀ ਬਾਕਰਖਾਨੀ, ਤੇਰੀ ਵਜ੍ਹਾ ਤੋਂ ਅਸੀਂ ਫੜੇ ਚੱਲੇ ਆ, ਮੁਜਰਾ ਤੂੰ ਵੇਖ ਲੈ। ਭਾਜੀ ਮੇਰੀ ਗੱਲ ਤਾਂ ਸੁਣੋ। ਹਾਂ ਕਿਹੜੀ ਗੱਲ ਸੁਣੀਏ? ਮੇਰੇ ਸਾਰੇ ਇੱਥੇ ਲੱਗ ਨੇ ਤੇ ਮੈਨੂੰ ਦੇ ਦੇ। ਹਾਂ ਕੀ ਬਕਵਾਸ ਹੈ? ਕੁਛ ਨਹੀਂ ਭਾਜੀ ਕੁਛ। ਇੰਸਪੈਕਟਰ ਸਾਹਿਬ, ਇਹ ਮੇਰਾ ਆਪਣਾ ਘਰ ਹੈ ਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕੌਣ ਲੋਕ ਨੇ? ਹਰ ਬੰਦਾ ਇਹ ਕਹਿੰਦਾ
ਗੁਨਾਹ ਕਰਕੇ ਤੇ ਹਰ ਬੰਦਾ ਆਪਣੇ ਆਪ ਨੂੰ ਕਵਰ ਕਰਦਾ ਹੈ। ਅਗਰ ਇਹ ਤੇਰਾ ਘਰ ਹੈ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਹਾਂਜੀ ਸਰ, ਇਹ ਘਰ ਚ ਕੀ ਹੋ ਰਿਹਾ ਹੈ? ਕੀ ਹੋ ਰਿਹਾ? ਸਭ ਕੌਣ ਲੋਕ ਨੇ? ਡਰਾਮਾ ਹੋ ਰਿਹਾ ਪੁੱਤਰ, ਹੋਰ ਇੰਜਣ ਖੋਲਿਆ ਸੀ। ਮੈਂ ਤੈਨੂੰ ਕਿਹਾ ਵੀ ਸੀ ਮੇਰੇ ਘਰ ਨੂੰ ਘਰ ਹੀ ਰਹਿਣ ਦੇ, ਕੋਠਾ ਨਾ ਬਣਾਈ। ਚਲ ਮਾਫੀ ਚਾਹੁੰਦੇ ਆ ਤੂੰ? ਕਾਦੀ ਮਾਫੀ? ਫੇ ਮੈਂ ਤੇਰੀ ਧੀ ਨੂੰ ਤਲਾਕ ਦੇ ਦੇਣਾ, ਤਲਾਕ ਦੇ ਦੇਣਾ, ਤਲਾਕ ਦੇ ਦੇਣਾ। ਉਹ ਤਲਾਕ ਦੇ ਕੇ ਹਾਜੀ ਸਦੀਕ ਦੀਆਂ ਅੱਖਾਂ ਹੀ ਖੋਲ ਦਿੱਤੀਆਂ ਹੀ ਪੜਿਆ ਲਿਆ ਲੱਗਦੇ ਆ ਤਾਂ ਹੱਕ ਮਹਿਰ ਦੀ ਰਕਮ ਵੀ ਦੇਵੇ। ਓਏ ਸ਼ਾਮ ਮੇਰਾ ਪੁੱਤਰ ਤਲਾਕ ਦੇਤੀ ਉਹਨੇ, ਅਫਰੋਜ਼ਾ ਦੇ ਭਰਾਵਾ ਭੈਣ ਨੂੰ ਤਲਾਕ ਹੋ ਗਈ। ਆਓ ਜੀ ਥਾਣੇ ਆਓ, ਹਾਜੀ ਤੁਹਾਡਾ ਹੀ। ਓਏ ਸ਼ਾਮ ਤੁਹਾਨੂੰ ਪਤਾ ਨਹੀਂ ਕਿ ਮੈਂ ਥਾਣੇ ਦਾ ਸੱਚੋ ਆ? SHO ਸਾਹਿਬ ਆਏ ਨੇ, SHO ਸਾਹਿਬ। ਇਹਦਾ ਤੋਂ ਬਾਅਦ ਇਹੋ ਜਿਹੀ ਕਟਿੰਗ ਹੁੰਦੀ ਹੈ SHO ਦੀ? ਓਏ ਖਬਰ ਤਾਂ ਹੀ ਕਟਿੰਗ ਹੁੰਦੀ ਹੈ ਇਹੋ ਜਿਹੀ? ਓਏ SHO ਦੀ ਕਟਿੰਗ ਹੁੰਦੀ ਹੈ ਇਹੋ ਜਿਹੀ? ਤੈਨੂੰ ਮੈਂ ਕਹਿ ਰਿਹਾ ਬੰਦਾ ਬਣ, ਨਹੀਂ ਹੁੰਦੀ ਇਹੋ ਜਿਹੀ ਕਟਿੰਗ। ਨਾ ਕਮੀਜ਼ੀ ਨਾ ਕਰ, ਇਹ ਹੁੰਦੀ ਹੈ ਰੱਬਾ ਮੈਨੂੰ ਮਾਫ ਕਰ ਦੇ ਰੱਬਾ, ਮੇਰੇ ਕੋਲ ਗਲਤੀ ਹੋ ਗਈ ਹੈ। ਸਹੀ ਕਿਹਾ ਕਿਸੇ ਨੇ ਕਿ ਰਾਹ ਪੁਰਾ ਨਾ ਪਈਏ, ਭਾਵੇਂ ਪੈਂਡਾ ਦੂਰ ਹੋਵੇ, ਖਾਈਏ ਫਲ ਮਿੱਠਾ ਭਾਵੇਂ ਲੰਮੀ ਖਜੂਰ ਹੋਵੇ, ਮਾਂ ਪਿਓ ਨੂੰ ਕਦੇ ਬੁਰਾ ਨਾ ਕਹੀਏ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ, ਤੇ ਤੁਰਦੀ ਫਿਰਦੀ ਨਾਲ ਵਿਆਹ ਨਾ ਕਰੀਏ ਭਾਵੇਂ ਜੰਨਤ ਦੀ ਹੂਰ ਹੋਵੇ, ਜੰਨਤ ਦੀ ਹੂਰ ਹੋਵੇ। ਆਪਣੇ ਮਾਂ ਪਿਓ ਨੂੰ ਵੀ ਵਾਪਸ ਲੈ ਆਵਾਂਗਾ, ਮੈਂ ਸ਼ਾਦੀ ਤੇਰੇ ਨਾਲ ਹੀ ਕਰਾਂਗਾ ਜਾਨ।